ਸੰਬੰਧਿਤ ਪਹਿਲੇ ਦੋ ਸਲੋਕ ਜਿਹੜੇ ਨੇ ਜਿਨ੍ਹਾਂ ਦੀ ਵਿਚਾਰ ਆਪਾਂ ਪਹਿਲੇ ਦੀਵਾਨਾਂ ਵਿੱਚ ਸਾਂਝੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਵਿਚਾਰ ਅਧੀਨ ਸਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਇੱਕ ਕਾਰਜ ਉਹ ਹੈ ਜਿਹੜਾ ਅਸੀਂ ਮਨ ਦੀ ਖੁਸ਼ੀ ਨਾਲ ਕਰਦੇ ਹਾਂ, ਉਤਸ਼ਾਹ ਨਾਲ ਕਰਦੇ ਹਾਂ, ਤਾਂਘ ਨਾਲ ਕਰਦੇ ਹਾਂ। ਅਸੀਂ ਆਮ ਜੀਵਨ ਵਿੱਚ ਵੀ ਇਹ ਉਦਾਹਰਣ ਲੈ ਲਈਏ, ਕੁਝ ਕੰਮ ਐਸੇ ਹੁੰਦੇ ਨੇ ਜਿਨ੍ਹਾਂ ਦੀ ਸਾਨੂੰ ਬੇਹੱਦ ਕਰਨ ਦੀ ਲੋੜ ਹੁੰਦੀ ਹੈ, ਜਿਨ੍ਹਾਂ ਬਿਨਾਂ ਸਾਡਾ ਜੀਵਨ ਚੱਲ ਨਹੀਂ ਸਕਦਾ, ਸਾਡਾ ਵਿਹਾਰ ਚੱਲ ਨਹੀਂ ਸਕਦਾ, ਪਰ ਸਾਡਾ ਮਨ ਰਾਜ਼ੀ ਨਹੀਂ ਉਹ ਕੰਮ ਕਰਨ ਵਾਸਤੇ। ਅਸੀਂ ਬੜੇ ਪ੍ਰੈਸ਼ਰਾਈਜ਼ ਹੋ ਕੇ, ਅੰਡਰ ਪ੍ਰੈਸ਼ਰ ਹੋ ਕੇ ਉਹ ਕੰਮ ਕਰਦੇ ਹਾਂ, ਤੇ ਹੁੰਦਾ ਕੀ ਹੈ ਵੀ ਮਨ ਰਾਜ਼ੀ ਨਹੀਂ, ਕੰਮ ਕਰਨਾ ਨਹੀਂ ਚਾਹੁੰਦਾ, ਮਨ ਨੂੰ ਤਸੱਲੀ ਨਹੀਂ ਹੁੰਦੀ। ਫਿਰ ਅਸੀਂ ਇੱਕ ਬੋਝ ਢੋਂਦੇ ਹਾਂ ਮਾਨਸਿਕ ਤੌਰ ਤੇ। ਸਰੀਰ ਕੰਮ ਕਰ ਰਿਹਾ ਹੁੰਦਾ, ਮਨ ਉਸ ਕੰਮ ਦੇ ਨਾਲ ਜੁੜਿਆ ਨਹੀਂ ਹੁੰਦਾ, ਮਨ ਦੇ ਉੱਤੇ ਇੱਕ ਦਬਾਅ ਹੁੰਦਾ, ਦਿਮਾਗ ਪ੍ਰੈਸ਼ਰਾਈਜ਼ ਹੁੰਦਾ ਪੂਰੀ ਤਰ੍ਹਾਂ ਨਾਲ ਕਿ ਮੈਂ ਇਹ ਕੰਮ ਕਰਨਾ ਨਹੀਂ ਸੀ, ਮੈਨੂੰ ਕਰਨਾ ਪੈ ਰਿਹਾ। ਤੇ ਕਈ ਵਾਰ ਉਹ ਸਾਡੇ ਮਨ ਦਾ ਦਬਾਅ ਜਿਹੜਾ ਉਹ ਸਾਡੇ ਸਰੀਰ ਦੇ ਰਾਹੀਂ ਕੰਮ ਕਰਦਾ ਹੈ, ਤੇ ਕੰਮ ਵਿੱਚ ਵੀ ਵਿਘਨ ਪੈਂਦਾ ਹੈ, ਕੰਮ ਵੀ ਵਿਗੜਦਾ ਹੈ, ਤੇ ਸਾਡੀ ਮਾਨਸਿਕ ਤਬੀਅਤ ਜਿਹੜੀ ਹੈ ਉਹ ਵੀ ਖਰਾਬ ਹੁੰਦੀ ਹੈ। ਮਾਨਸਿਕ ਤੌਰ ਤੇ ਅਸੀਂ ਰੋਗੀਆਂ ਵਰਗੇ ਹੋ ਜਾਂਦੇ ਹਾਂ, ਤੇ ਕੰਮ ਦੇ ਤੌਰ ਦੇ ਉੱਤੇ ਅਸੀਂ ਨਿਕੰਮੇ ਜਿਹੇ ਬਣ ਜਾਂਦੇ ਹਾਂ, ਔਰ ਉਹ ਕੰਮ ਵੀ ਹੌਲੀ ਹੌਲੀ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਅਸੀਂ ਆਮ ਸੰਸਾਰ ਵਿੱਚ ਇਹੋ ਜਿਹਾ ਇਸ ਵਿਹਾਰ ਨਾਲ, ਇਸ ਤਰੀਕੇ ਨਾਲ ਜਦੋਂ ਕੋਈ ਕੰਮ ਕਰੀਏ, ਤੇ ਨਾ ਉਹ ਸਾਡੇ ਮਨ ਨੂੰ ਕੰਮ ਤਸੱਲੀ ਦਿੰਦਾ ਹੈ, ਤੇ ਨਾ ਹੀ ਉਹ ਕੰਮ ਸਹੀ ਢੰਗ ਨਾਲ ਪੂਰੇ ਸ਼ੌਂਕ ਨਾਲ ਜਾਂ ਸਵਾਰ ਕੇ ਆਉਂਦਾ ਹੈ, ਅਗਲੇ ਦਾ ਵੀ ਵਿਗੜ ਜਾਂਦਾ ਹੈ ਤੇ ਅਸੀਂ ਵੀ ਇੱਕ
ਜਿੰਨਾ ਸਮਾਂ ਉਹ ਕੰਮ ਕਰਨਾ ਇੱਕ ਸਜ਼ਾ ਵਾਂਗੂ ਕਰਨਾ। ਇਹ ਆਪਣੇ ਆਪ ਨੂੰ ਅਸੀਂ ਸਜ਼ਾ ਦੇ ਰਹੇ ਹੁੰਦੇ, ਆਪਣੇ ਆਪ ਨੂੰ ਦੁੱਖ ਦੇ ਰਹੇ ਹੁੰਦੇ। ਤੁਸੀਂ ਵੇਖੋ ਉਸ ਵੇਲੇ ਜਿਹੜੀ ਸਾਡੀ ਸਿਚੁਏਸ਼ਨ, ਜੇ ਅਸੀਂ ਉਸ ਟਾਈਮ ਨੂੰ ਜਿੰਨਾ ਕੁ ਟਾਈਮ ਅਸੀਂ ਉਹ ਕੰਮ ਬੰਧਾ ਰੁੱਧੀ ਕਰ ਰਹੇ, ਮਜਬੂਰੀ ਵੱਸ ਕਰ ਰਹੇ, ਉਹ ਦੁੱਖ ਨੂੰ ਅਸੀਂ ਹੀ ਜਾਣਦੇ ਹਾਂ ਜਿਹੜਾ ਅਸੀਂ ਝੱਲ ਰਹੇ ਹੁੰਦੇ। ਮੁਆਫ ਕਰਨਾ ਜਦੋਂ ਮਨੁੱਖ ਨੂੰ ਆਪਣੇ ਮਨ ਦੇ ਬਾਰੇ, ਆਪਣੇ ਜੀਵਨ ਦੇ ਬਾਰੇ ਅਵੇਅਰਨੈਸ ਹੋ ਜਾਏ, ਸੁਚੇਤ ਹੋ ਜਾਏ ਮਨੁੱਖ ਜਦੋਂ ਆਪੇ ਬਾਰੇ, ਉਹ ਸਮਝੇਗਾ ਕਿ ਦੁੱਖ ਇਕੱਲੇ ਤਨ ਨੂੰ ਨਹੀਂ ਆਉਂਦੇ। ਮੈਂ ਪਲ ਪਲ ਖੌਰੇ ਕਿੰਨੇ ਕੀ ਦੁੱਖ ਇਸ ਤਰ੍ਹਾਂ ਹੰਢਾਉਂਦਾ ਆਪਣੇ ਆਪ ਵਿੱਚ, ਖੁਦ ਨੂੰ ਬੰਦਾ ਕਿੰਨਾ ਦੁਖੀ ਕਰਦਾ ਹੈ, ਖੁਦ ਨੂੰ ਕਿੰਨੇ ਤਸੀਹੇ ਦਿੰਦਾ ਹੈ। ਜਦੋਂ ਤਨ ਤੇ ਮਨ ਦਾ ਸੁਮੇਲ ਨਹੀਂ ਬਣਦਾ, ਜਦੋਂ ਮਨ ਕਿਤੇ ਹੋਰ ਹੈ, ਤਨ ਨੂੰ ਉਹ ਕੰਮ ਕਰਨਾ ਪੈ ਰਿਹਾ ਹੈ, ਉਹ ਜਿਹੜੀ ਹਾਲਤ ਹੈ ਉਸ ਵੇਲੇ ਉਹ ਕਿੱਡੀ ਔਖੀ ਹੁੰਦੀ ਹੈ। ਬੰਦਾ ਆਪਣੇ ਆਪ ਤੇ ਦਬਾਅ ਪਾਈ ਜਾ ਰਿਹਾ, ਆਪਣੇ ਆਪ ਨੂੰ ਕੰਪੈਲ ਕਰੀ ਜਾ ਰਿਹਾ, ਕਿੰਨਾ ਮਜਬੂਰ ਹੋ ਕੇ ਉਹ ਬੰਦਾ ਜੀਵਨ ਦੇ ਪੈਂਡੇ ਦੇ ਉੱਤੇ ਵਿਚਰਦਾ। ਤੇ ਇਸ ਤਰ੍ਹਾਂ ਤੁਸੀਂ ਸੋਚੋ ਵੀ ਸਾਡੇ ਨਾਲ ਹੋਰੇ ਕਿੰਨੀ ਕੁ ਵਾਰ ਵਾਪਰਦਾ ਹੋਏਗਾ। ਅਸੀਂ ਆਪਣੇ ਆਪ ਨੂੰ ਕਿੰਨਾ ਦਬਾਅ ਦਬਾ ਕੇ ਜੀਵਨ ਦੇ ਵਿੱਚ ਚਲਾਉਂਦੇ ਹਾਂ। ਹੁਣ ਉਹ ਜਿਹੜਾ ਦੁੱਖ ਹੈ ਉਹਨੂੰ ਅਸੀਂ ਕਾਊਂਟ ਨਹੀਂ ਕਰਦੇ, ਕਿਉਂਕਿ ਅਸੀਂ ਖੁਦ ਆਪਣੇ ਆਪ ਨੂੰ ਦੇ ਰਹੇ ਹੁੰਦੇ, ਤੇ ਇਹੀ ਮਜਬੂਰੀ ਕੋਈ ਬਾਹਰੋਂ ਸਾਨੂੰ ਕਰੇ, ਇਸ ਤਰ੍ਹਾਂ ਕੋਈ ਬਾਹਰੋਂ ਸਾਨੂੰ ਕੰਪੈਲ ਕਰੇ, ਬਾਹਰੋਂ ਮਜਬੂਰ ਕਰੇ, ਤੇ ਅਸੀਂ ਹਾਲ ਦੁਆਈ ਪਾ ਦਿਆਂਗੇ। ਕਾਨੂੰਨ ਵੀ ਸਾਡੇ ਹੱਕ 'ਚ ਖੜਾ ਹੋ ਜਾਏਗਾ, ਸਮਾਜ ਵੀ ਸਾਡੇ ਹੱਕ 'ਚ ਖੜਾ ਹੋ ਜਾਏਗਾ ਕਿ ਇਹ ਜ਼ੁਲਮ ਹੋ ਰਿਹਾ, ਬੰਦੇ ਨੂੰ ਮਜਬੂਰ ਕੀਤਾ ਜਾ ਰਿਹਾ। ਪਰ ਉਹ ਤੇ ਨਜ਼ਰ ਆਉਂਦਾ ਹੈ ਬਾਹਰ ਵਾਲਾ, ਇੱਕ ਬੰਦੇ ਨੂੰ ਮਜਬੂਰ ਕਰਕੇ ਉਹਦੇ ਕੋਲੋਂ ਕੰਮ ਲਿਆ ਜਾ ਰਿਹਾ, ਮਜਬੂਰ ਕਰਕੇ ਉਹਨੂੰ ਆਪਣੀ ਗੱਲ ਮਨਵਾਈ ਜਾ ਰਹੀ ਹੈ, ਧੱਕੇ ਨਾਲ ਉਸ ਬੰਦੇ ਨੂੰ ਕੁਝ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਜਿਹੜਾ ਉਹ ਕੰਮ ਕਰਨਾ ਨਹੀਂ ਚਾਹੁੰਦਾ। ਤੋ ਕਾਨੂੰਨ ਸਾਡੇ ਹੱਕ 'ਚ ਹੈ, ਅਸੀਂ ਉਹਨੂੰ ਜ਼ੁਲਮ ਆਖਾਂਗੇ, ਧੱਕਾ ਆਖਾਂਗੇ, ਤੇ ਹੈ ਵੀ ਗਲਤ ਜੇ ਕੋਈ ਇਸ ਤਰ੍ਹਾਂ ਕਿਤੇ ਹੋ ਵੀ ਰਿਹਾ ਹੋਵੇ ਤਾਂ। ਪਰ ਇਹ ਚੀਜ਼ ਤਾਂ ਅਸੀਂ ਖੁਦ ਵੀ ਆਪਣੇ ਆਪ ਨਾਲ ਕਰਦੇ ਹਾਂ, ਇਹ ਤਾਂ ਇੱਕ ਨੈਚੁਰਲ ਹੈ। ਅਸੀਂ ਆਪਣੇ ਆਪ ਨੂੰ ਕਿੰਨਾ ਮਜਬੂਰ ਕਰਦੇ ਹਾਂ, ਕਿੰਨੀਆਂ ਮਜਬੂਰੀਆਂ 'ਚ ਕਈ ਕੰਮ ਕਰਦੇ ਹਾਂ, ਸਾਡੇ ਨਾਲ ਤਾਂ ਹਰ ਰੋਜ਼ ਹੀ ਇਸ ਤਰ੍ਹਾਂ ਵਾਪਰਦਾ। ਪਰ ਉਹ ਇੱਕ ਦੁੱਖ ਨਜ਼ਰ ਆ ਰਿਹਾ ਜਿਹੜਾ ਬਾਹਰੋਂ ਵਾਪਰ ਰਿਹਾ, ਇੱਕ ਜੋ ਅਸੀਂ ਆਪਣੇ ਆਪ ਨਾਲ ਕਰ ਰਹੇ ਉਹ ਸਾਨੂੰ, ਕਿਉਂਕਿ ਅਸੀਂ ਖੁਦ ਹੀ ਆਪਣੇ ਆਪ ਨੂੰ ਉਹ ਧੱਕਾ ਤੇ ਉਹ ਮਜਬੂਰੀ ਦੇ ਵਿੱਚ ਪਾ ਰਹੇ, ਇਸ ਕਰਕੇ ਉਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਤੇ ਉਹਦੇ ਹੱਕ 'ਚ ਕੋਈ ਕਾਨੂੰਨ ਨਹੀਂ। ਉੱਥੇ ਕੇਵਲ ਸੈਂਸ ਹੀ ਸਾਡਾ ਕੰਮ ਸਵਾਰ ਸਕਦੀ ਹੈ। ਸਾਡਾ ਆਪਣੇ ਆਪ ਪ੍ਰਤੀ ਜਾਗਰਤ ਹੋਣਾ, ਜਾਗ ਪੈਣਾ ਹੀ ਸਾਨੂੰ ਇਸ ਹਾਲਤ ਵਿੱਚੋਂ ਕੱਢ ਸਕਦਾ, ਹੋਰ ਬਾਹਰੋਂ ਕੋਈ ਨਹੀਂ ਕੱਢ ਸਕਦਾ। ਕੁਝ ਦੁੱਖ ਐਸੇ ਨੇ ਜਿਹੜੇ ਅਸੀਂ ਆਪ ਆਪਣੇ ਆਪ ਨੂੰ ਦਿੰਦੇ ਹਾਂ, ਤੇ ਉਹਨਾਂ ਦੁੱਖਾਂ ਤੋਂ ਬਚਣਾ ਤਾਂ ਹੀ ਸੰਭਵ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲਈਏ। ਜਦੋਂ ਨੌਵੇਂ ਪਾਤਸ਼ਾਹ ਕਹਿੰਦੇ ਨਾ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਤੋ ਆਪਾ ਚੀਨਣਾ ਕੀ ਹੈ? ਆਪੇ ਨੂੰ ਪਛਾਣਨਾ, ਆਪਣੇ ਆਪ ਬਾਰੇ ਜਾਣਨਾ, ਮੈਂ ਕਿਹੜੀ ਹਾਲਤ ਵਿੱਚ ਜੀ ਰਿਹਾ ਹਾਂ, ਕਿੱਥੇ ਕੀ ਹਾਂ, ਮੈਂ ਕੀ ਵਾਪਰ ਰਿਹਾ ਹੈ ਮੇਰੇ ਨਾਲ। ਦੁੱਖ ਕੂਕਣਾ ਹੀ ਵੱਡੀ ਗੱਲ ਨਹੀਂ, ਦੁੱਖ ਦਾ ਕਾਰਨ ਲੱਭ ਲੈਣਾ ਵੀ ਬਹੁਤ ਵੱਡੀ ਗੱਲ ਹੈ। ਜੇ ਮੈਂ ਦੁਖੀ ਹਾਂ ਤਾਂ ਕਿਉਂ ਹਾਂ? ਇਹਦਾ ਕੋਈ ਕਾਰਨ ਤਾਂ ਹੋਏਗਾ, ਕੋਈ ਵਜ੍ਹਾ ਤਾਂ ਹੋਏਗੀ। ਮੇਰੀ ਉਦਾਸੀ ਦਾ ਕਾਰਨ ਕੀ ਹੈ? ਮੇਰੀ ਮਾਯੂਸੀ ਦਾ ਕਾਰਨ ਕੀ ਹੈ? ਮੇਰੇ ਦੁੱਖ ਦਾ ਕਾਰਨ ਕੀ ਹੈ? ਮੇਰੇ ਆਪਣੇ ਆਪ ਨਾਲ ਜੋ ਵਾਪਰ ਰਿਹਾ, ਮੈਂ ਆਪਣੇ ਆਪ ਨਾਲ ਕਿਵੇਂ ਦਾ ਵਿਹਾਰ ਕਰ ਰਿਹਾ, ਇਹ ਵੀ ਬੜਾ ਜ਼ਰੂਰੀ ਹੈ। ਤੋ ਜਿੰਨਾ ਅਸੀਂ ਕਈ ਵਾਰ, ਹੁਣ ਇਹ ਚੀਜ਼ ਨੂੰ ਵੇਖੋ ਵੀ ਇਹ ਚੀਜ਼ਾਂ ਇੰਪਲੀਮੈਂਟ ਕਿਵੇਂ ਹੁੰਦੀਆਂ ਨੇ, ਕਿਵੇਂ ਸਾਡੇ ਵਿਹਾਰ 'ਚ ਆ ਜਾਂਦੀਆਂ ਨੇ, ਕਿਵੇਂ ਫਿਰ ਸਮਾਜ 'ਚ ਫਸਰ ਜਾਂਦੀਆਂ ਨੇ। ਅਸੀਂ ਆਪਣੇ ਆਪ ਨੂੰ ਜ਼ਬਰਦਸਤੀ ਚਲਾ ਰਹੇ ਹਾਂ ਤੇ ਇਹ ਚੀਜ਼ ਸਾਡੇ ਵਿਹਾਰ ਦਾ ਹਿੱਸਾ ਬਣ ਗਈ ਕਿ ਜਦੋਂ ਸਾਨੂੰ ਮੌਕਾ ਬਣਿਆ ਅਸੀਂ ਬਾਹਰ ਵੀ ਐਵੇਂ ਹੀ ਕਰਾਂਗੇ, ਕਿਉਂਕਿ ਇਹ ਸਾਡੇ ਅੰਦਰ ਚੱਲ ਰਹੀ ਹੈ ਚੀਜ਼, ਤੇ ਜਿੱਥੇ ਵਕਤ ਬਣੇਗਾ ਅਸੀਂ ਕਿਸੇ ਨੂੰ ਮਜਬੂਰ ਕਰਾਂਗੇ। ਮੈਂ ਉਦਾਹਰਣ ਦੇ ਰਿਹਾ ਕਿ ਔਰੰਗਜ਼ੇਬ ਉਹਨਾਂ ਮਹਾਨ
ਧਰਮੀਆਂ ਵਰਗਾ ਧਰਮੀ ਹੈ ਜਿਨ੍ਹਾਂ ਨੂੰ ਇਸਲਾਮ ਦੇ ਵਿੱਚ ਸਤਿਕਾਰਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ੇਖ ਫਰੀਦ ਸਾਹਿਬ ਦੀ ਬਾਣੀ ਹੈ, ਖੁਦਾ ਨਾਲ ਜਿਸ ਤਰ੍ਹਾਂ ਉਹ ਪਿਆਰ ਦਾ ਇਜ਼ਹਾਰ ਕਰਦੇ ਨੇ, ਰੱਬ ਨੂੰ ਜਿਸ ਤਰ੍ਹਾਂ ਉਹ ਸਲਾਉਂਦੇ ਨੇ, ਜਿਹੜੇ ਗੁਣ ਉਹਨਾਂ ਦੇ ਜੀਵਨ ਵਿੱਚ ਨੇ ਇੱਕ ਧਾਰਮਿਕ ਤੌਰ ਤੇ। ਔਰੰਗਜ਼ੇਬ ਦਾਅਵਾ ਕਰਦਾ ਵੀ ਮੈਂ ਮੁਸਲਮਾਨ ਹਾਂ, ਉਹਦੇ ਵਿੱਚ ਉਹਦਾ ਈਮਾਨ ਕਾਇਮ ਹੈ, ਨਾ ਉਹ ਆਪਣੇ ਪੈਗੰਬਰ ਨੂੰ, ਉਹ ਅੱਲਾਹ ਤਾਲਾ ਨੂੰ, ਉਹ ਕੁਰਾਨ ਦੀਆਂ ਸਿੱਖਿਆਵਾਂ ਨੂੰ ਰੂਹ ਤੋਂ ਪਿਆਰ ਕਰਦਾ ਹੈ ਸੱਚਮੁੱਚ। ਉਹ ਕਾਜ਼ੀਆਂ ਦਾ ਪੜ੍ਹਾਇਆ ਹੋਇਆ ਮਜ਼ਹਬ ਨੂੰ ਜੀ ਰਿਹਾ। ਇੱਕ ਉਹ ਜਿਹੜੀ ਚੀਜ਼ ਮੈਂ ਜੀਣੀ ਹੈ, ਇੱਕ ਉਹ ਜਿਹੜੀ ਮੈਨੂੰ ਦਿੱਤੀ ਗਈ ਹੈ ਵੀ ਤੂੰ ਇਹਨੂੰ ਜੀਣਾ ਹੈ, ਨਹੀਂ ਤਾਂ ਤੂੰ ਸਾਡੇ ਇਸ ਢਾਂਚੇ ਚੋਂ, ਸਾਡੇ ਇਸ ਬਣਾਏ ਹੋਏ ਦਾਇਰੇ ਚੋਂ ਬਾਹਰ ਚਲਿਆ ਜਾਏਗਾ ਤੇ ਅਸੀਂ ਤੇਰੀ ਸਪੋਰਟ ਨਹੀਂ ਕਰਾਂਗੇ। ਮੈਨੂੰ ਕਰਨਾ ਪੈ ਰਿਹਾ। ਹੁਣ ਉਹ ਨਮਾਜ਼ ਪੜ੍ਹਦਾ ਹੈ, ਉਹ ਤਸਬੀਹ ਫੇਰਦਾ ਹੈ, ਉਹ ਕੁਰਾਨ ਪੜ੍ਹ, ਸਾਰੇ ਕੰਮ ਕਰਦਾ ਜੋ ਮਜ਼ਹਬੀ ਜਿਵੇਂ ਆਪਾਂ ਕਰਦੇ ਹਾਂ ਉਹ ਵੀ ਕਰਦਾ। ਪਰ ਉਹਦੇ ਅੰਦਰ ਇੱਕ ਚੀਜ਼, ਹੁਣ ਜਿਸ ਤਰ੍ਹਾਂ ਉਹ ਮਜਬੂਰੀ ਬਸ ਆਪ ਕਰਦਾ ਹੈ ਨਾ, ਜੋ ਉਹਦੇ ਮਨ ਤੇ ਤਨ ਦਾ ਸੁਮੇਲ ਨਹੀਂ, ਉਹਦੀ ਆਤਮਾ ਚੋਂ ਖੁਸ਼ੀ ਨਹੀਂ, ਉਹ ਹੁਲਾਸ ਨਹੀਂ, ਅੱਲਾਹ ਦੀ ਗੱਲ ਨੂੰ ਪੜ੍ਹ ਕੇ, ਪਾਕ ਕੁਰਾਨ ਨੂੰ ਜਾਣ ਕੇ, ਜਿਸ ਤਰ੍ਹਾਂ ਦੇ ਪ੍ਰੈਸ਼ਰਾਈਜ਼ ਹੋ ਕੇ ਆਪ ਬੰਦਾ ਕਰਮ ਕਰਦਾ, ਫਿਰ ਜਦੋਂ ਉਹਨੂੰ ਮੌਕਾ ਬਣਦਾ ਤਲਵਾਰ ਚੁੱਕ ਕੇ ਦੂਜਿਆਂ ਨੂੰ ਮਨਾਉਂਦਾ ਵੀ ਮੈਂ ਮੰਨ ਰਿਹਾ ਤੈਨੂੰ ਕੀ ਪ੍ਰੋਬਲਮ ਹੈ, ਜਦੋਂ ਮੈਂ ਜੀ ਰਿਹਾ ਤੇ ਤੇਰੀ ਕੀ ਮੁਸ਼ਕਲ ਹੈ, ਤੂੰ ਵੀ ਮੰਨ। ਹੁਣ ਕਿਉਂ ਬੰਦਾ ਧੱਕਾ, ਕਿਉਂਕਿ ਉਹ ਆਪਣੇ ਆਪ ਨਾਲ ਧੱਕਾ ਕਰਨਾ ਪਹਿਲਾਂ ਸ਼ੁਰੂ ਕਰਦਾ ਹੈ ਤੇ ਫਿਰ ਉਹ ਦੂਜਿਆਂ ਤੇ ਉਂਗਲ ਚੁੱਕਦਾ, ਹਥਿਆਰ ਚੁੱਕਦਾ, ਡੰਡਾ ਚੁੱਕਦਾ। ਸੱਚਾਈ ਤਾਂ ਇਹੀ ਹੈ ਵੀ ਬੰਦਾ ਮਾਨਸਿਕ ਤੌਰ ਤੇ ਪਹਿਲਾਂ ਉਹੋ ਜਿਹਾ ਬਣਦਾ ਤੇ ਫਿਰ ਬਾਹਰ ਉਹੋ ਜਿਹਾ ਕਰਦਾ। ਅੰਦਰ ਕੁੜੱਤਣ ਹੁੰਦੀ ਹੈ ਤਾਂ ਬੰਦੇ ਦੇ ਵਿਹਾਰ ਚੋਂ ਬਾਹਰ ਕੁੜੱਤਣ ਜਾਂਦੀ ਹੈ। ਇਹ ਨਹੀਂ ਵੀ ਜਿਹੜੀ ਚੀਜ਼ ਤੁਹਾਡੇ ਅੰਦਰ ਹੈ ਹੀ ਨਹੀਂ ਉਹ ਕਿਵੇਂ ਇੰਪਲੀਮੈਂਟ ਹੋ ਜਾਏਗੀ। ਜਿਹੜੀ ਚੀਜ਼ ਤੁਹਾਡੇ ਮਨ ਚ ਨਹੀਂ, ਤੁਹਾਡੀ ਸੁਰਤ ਚ ਨਹੀਂ, ਜਿਹੜੀ ਚੀਜ਼ ਤੁਹਾਡੇ ਅੰਦਰ ਦਾ ਹਿੱਸਾ ਨਹੀਂ ਬਣੀ, ਉਹ ਬਾਹਰ ਹੋ ਹੀ ਨਹੀਂ ਸਕਦੀ। ਹੋਏਗੀ ਬਾਹਰ ਉਹ ਜੋ ਅੰਦਰ ਹੈ। ਤੋ ਅਸੀਂ ਉਦਾਸ ਹੁੰਦੇ ਹਾਂ ਤੇ ਉਦਾਸੀ ਦੇ ਕਣ ਸਾਡੇ ਅੰਦਰ ਮੌਜੂਦ ਹੁੰਦੇ ਨੇ, ਅਸੀਂ ਖੁਸ਼ ਹੁੰਦੇ ਹਾਂ ਤੇ ਖੁਸ਼ੀ ਦੇ ਤੱਤ ਸਾਡੇ ਅੰਦਰ ਮੌਜੂਦ ਹੁੰਦੇ ਨੇ। ਕੁਝ ਨਾ ਕੁਝ ਅਸੀਂ ਇਕੱਠਾ ਕੀਤਾ ਹੋਇਆ ਆਪਣੇ ਅੰਦਰ, ਜਿਹੜਾ ਵਕਤ ਵਕਤ ਸਮੇਂ ਸਮੇਂ ਦੇ ਉੱਤੇ ਸਾਡੇ ਅੰਦਰੋਂ ਬਾਹਰ ਵੱਲ ਨੂੰ ਸਫ਼ਰ ਕਰਦਾ ਰਹਿੰਦਾ ਹੈ। ਜੋ ਵੀ ਅਸੀਂ ਕਰਦੇ, ਨਿੱਕੇ ਤੋਂ ਨਿੱਕਾ ਕੰਮ, ਸਾਡੇ ਚਿਹਰੇ ਦੇ ਇੰਪ੍ਰੈਸ਼ਨ, ਪ੍ਰਭਾਵ ਜਿਹੜੇ ਨੇ, ਸਾਡਾ ਕਰਮ ਜਿਹੜਾ ਹੈ, ਜੋ ਵੀ ਅਸੀਂ ਬਾਹਰ ਹਰਕਤ ਕਰਦੇ ਹਾਂ, ਉਹ ਸਾਰਾ ਕੁਝ ਸਾਡੇ ਅੰਦਰ ਪਿਆ ਹੁੰਦਾ ਹੈ। ਉਹ ਵਕਤੀ ਨਹੀਂ ਹੁੰਦਾ ਕੁਝ ਵੀ, ਜੋ ਜੋ ਅਸੀਂ ਇਕੱਠਾ ਕੀਤਾ ਹੁੰਦਾ। ਹੁਣ ਵੇਖੋ ਨਾ, ਭਗਤ ਰਵਿਦਾਸ ਜੀ ਇੱਕ ਬਚਨ ਕਹਿੰਦੇ ਨੇ ਸਤਸੰਗ ਦਾ ਮੈਨੂੰ ਸਭ ਤੋਂ ਲਾਭ ਵੱਡਾ ਪਤਾ ਕੀ ਹੋਇਆ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੈ ਬਨ ਜੋ ਠਹੀ ਗਈ ਹਾਟੇ। ਕਹਿੰਦੇ ਨੇ ਮੈਂ ਸਤਸੰਗੀ ਕੇਵਲ ਇਸ ਕਰਕੇ ਨਹੀਂ ਬਣਿਆ ਵੀ ਮੈਂ ਸਰੀਰ ਕਰਕੇ ਸਤਸੰਗੀ, ਨਹੀਂ, ਮੈਂ ਸੁਰਤ ਕਰਕੇ ਸਤਸੰਗੀ ਹੋਇਆ ਤੇ ਇਹਦਾ ਲਾਭ ਮੈਨੂੰ ਪਤਾ ਕੀ ਹੋਇਆ, ਮੈਂ ਜੋ ਜੋ ਆਪਣੇ ਅੰਦਰ ਇਕੱਠਾ ਕੀਤਾ ਨਾ, ਮੈਂ ਹੁਣ ਉਹਨੂੰ ਪਰਖਣ ਲੱਗਿਆ ਵੀ ਮੇਰੇ ਚ ਕੀ ਸਹੀ ਹੈ ਕੀ ਗਲਤ। ਹਰ ਪਲ ਇਹ ਮਿਹਨਤ ਹਰ ਪਲ ਚੱਲਦੀ ਹੈ, ਹਰ ਘੜੀ ਚੱਲਦੀ ਹੈ। ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ। ਆਪਣੇ ਆਪ ਨੂੰ ਪਰਖਣਾ ਕੀ ਵੀ ਹਰ ਗੱਲ ਵਿੱਚ ਆਪਣੇ ਆਪ ਨੂੰ ਜਾਣਨਾ। ਹੁਣ ਧਿਆਨ ਦੇਣਾ ਵੀ ਨਾਮਦੇਵ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਉਹਨਾਂ ਦੇ ਸ਼ਬਦ ਵਿੱਚ ਜ਼ਿਕਰ ਹੈ ਵੀ ਉਹ ਪ੍ਰਭਾਵ ਇਸ ਤਰ੍ਹਾਂ ਦਾ ਸ਼ਬਦ ਦਾ ਵੀ ਜਿਵੇਂ ਜ਼ਬਰਦਸਤੀ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਛੋੜ ਰਾਮ ਕੀ ਨਾ ਭਜੈ ਖੁਦਾ, ਖੁਦਾ ਕਹਿ, ਰਾਮ ਰਾਮ ਨਾ ਕਹਿ ਖੁਦਾ ਕਹਿ। ਕਿਉਂਕਿ ਉਸ ਵੇਲੇ ਰਾਜ ਐਸਾ ਸੀ, ਇਸਲਾਮੀ ਹਕੂਮਤ ਸੀ, ਕਾਜ਼ੀਆਂ ਦਾ ਬੜਾ ਪ੍ਰਭਾਵ ਸੀ, ਅਦਾਲਤਾਂ ਕਾਜ਼ੀਆਂ ਦੇ ਕੋਲ ਹੁੰਦੀਆਂ ਸਨ ਤੇ ਰਾਜਨੀਤਿਕ ਲੋਕਾਂ ਦਾ ਤੇ ਧਾਰਮਿਕ ਪੁਜਾਰੀਆਂ ਦਾ ਆਪਸ ਵਿੱਚ ਇੰਨਾ ਡੂੰਘਾ ਗੱਠਜੋੜ, ਇੰਨੀ ਡੂੰਘੀ ਸਾਂਝ ਵੀ ਦੋਵੇਂ ਹੀ ਸਮਾਜ ਨੂੰ ਆਪਣੀ ਮਰਜ਼ੀ ਦੀਆਂ ਲੀਹਾਂ ਦੇ ਉੱਤੇ ਚਲਾਉਂਦੇ ਸਨ, ਸਟੇਟ ਨੂੰ ਚਲਾਉਂਦੇ ਸਨ। ਹੈ ਅੱਜ ਵੀ ਇਸ ਤਰ੍ਹਾਂ ਹੀ, ਥੋੜਾ ਬਹੁਤ ਫੇਰ ਬਦਲ ਲੱਗਦਾ। ਹੁਣ ਤੁਸੀਂ ਵੇਖਣਾ, ਉੱਥੇ ਨਾਮਦੇਵ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਤੂੰ ਅੱਲਾਹ ਕਹਿ, ਕਲਮਾ ਪੜ੍ਹ,
ਨਾਮਦੇਵ ਸਾਹਿਬ ਮਨਾਹੀ ਕਰਦੇ ਨੇ ਵੀ ਨਹੀਂ ਮੈਂ ਨਹੀਂ ਕਰਨਾ, ਭਾਵੇਂ ਦੁਨੀਆਂ ਇੱਧਰ ਦੀ ਉੱਧਰ ਹੋ ਜਾਏ, ਗੰਗ ਜਮਰ ਜੋ ਉਲਟੀ ਬਹਿ। ਨਾਮਦੇਵ ਸਾਹਿਬ ਦੇ ਜਿਹੜੇ ਨਿਕਟਵਰਤੀ ਨੇੜੇ ਦੇ ਸਤ ਸੰਗੀ ਨੇ ਉਹ ਕਹਿੰਦੇ ਨਾਮਦੇਵ ਸਾਹਿਬ ਨਿੱਕੀ ਜਿਹੀ ਗੱਲ ਦੇ ਉੱਤੇ ਤੁਸੀਂ ਕਿਉਂ ਅੜ ਗਏ, ਚਲੋ ਇਹ ਤਾਂ ਜਿਹੋ ਜਿਹੇ ਹੈ ਹੀ, ਪਰ ਤੁਸੀਂ ਤਾਂ ਬੜੇ ਸੁਚਿਆਰੇ ਹੋ, ਮਹਾਂਪੁਰਖ ਹੋ, ਤੁਸੀਂ ਤਾਂ ਲੋਕਾਂ ਨੂੰ ਇਹ ਸਰਬ ਸਾਂਝਾ ਉਪਦੇਸ਼ ਦਿੰਦੇ ਹੋ ਕਿ ਭਾਈ ਰਾਮ ਅੱਲਾ ਖੁਦਾ ਇਹ ਤਾਂ ਨਾਵਾਂ ਦਾ ਹੀ ਫਰਕ ਹੈ, ਗੱਲ ਇੱਕੋ ਹੀ ਹੈ, ਜਦੋਂ ਜੋਤ ਇੱਕ ਹੈ ਸੱਤਾ ਇੱਕ ਹੈ ਤੇ ਸ਼ਬਦ ਹੀ ਵੱਖਰੇ ਵੱਖਰੇ ਨੇ। ਸਾਡੇ ਲਈ ਉਹ ਸੱਤਾ ਹੀ ਰਾਮ ਹੈ, ਸਾਡੇ ਲਈ ਉਹ ਸੱਤਾ ਹੀ ਅੱਲਾ ਹੈ, ਉਹੀ ਭਗਵਾਨ ਹੈ, ਉਹੀ ਬੀਠਲ ਹੈ, ਉਹੀ ਖੁਦਾ ਹੈ, ਸਾਡੇ ਲਈ ਤਾਂ ਕੋਈ ਫਰਕ ਨਹੀਂ। ਜਦੋਂ ਅਸੀਂ ਅੰਦਰੋਂ ਮੰਨਦੇ ਹੀ ਇੱਕ ਪਰਮੇਸ਼ਰ ਦੀ ਜੋਤ ਨੂੰ ਆ, ਇੱਕ ਪਰਮੇਸ਼ਰ ਦੇ ਹੁਕਮ ਨੂੰ ਆ, ਫਿਰ ਸਾਡੇ ਲਈ ਸ਼ਬਦ ਉਹਨਾਂ ਮਾਇਨਾ ਨਹੀਂ ਰੱਖਦੇ, ਅਸੀਂ ਤਾਂ ਉਸੇ ਨੂੰ ਹੀ ਸਾਰੇ ਸ਼ਬਦਾਂ ਨਾਲ ਉਸੇ ਨੂੰ ਹੀ ਪੁਕਾਰਦੇ ਹਾਂ, ਉਸੇ ਨੂੰ ਹੀ ਯਾਦ ਕਰਦੇ ਹਾਂ। ਤੇ ਜੇ ਤੁਹਾਨੂੰ ਇਹ ਕਹਿੰਦੇ ਨੇ ਖੁਦਾ ਕਹਿ ਦਿਓ ਤੇ ਕਹਿ ਦਿਓ, ਤੁਸੀਂ ਤਾਂ ਇੱਕ ਰੱਬ ਨੂੰ ਹੀ ਕਹਿਣਾ। ਇਹਦਾ ਮਤਲਬ ਤੁਸੀਂ ਜਿਹੜੀ ਰੋਜ਼ ਸਾਨੂੰ ਸਿੱਖਿਆ ਦਿੰਦੇ ਹੋ ਵੀ ਪਰਮੇਸ਼ਰ ਇੱਕ ਹੈ, ਬਾਕੀ ਕੋਈ ਹਸਤੀ ਹੈ ਸੰਸਾਰ ਨੂੰ ਬਣਾਉਣ ਚਲਾਉਣ ਨਾਸ਼ ਕਰਨ ਵਾਲੀ ਨਹੀਂ, ਤੇ ਖੁਦਾ ਬੀਠਲ ਭਗਵਾਨ ਸਭ ਇੱਕ ਪਰਮੇਸ਼ਰ ਹੀ ਹੈ, ਉਸ ਉਪਦੇਸ਼ ਦਾ ਅੱਜ ਲੋੜ ਹੈ ਵੀ ਤੁਸੀਂ ਜੇ ਖੁਦਾ ਕਹਿਣਾ ਇਹਨਾਂ ਦੀ ਜਿਹਦੇ ਵੀ ਕਹਿ ਦਿਓ ਤੁਸੀਂ ਤੇ ਇੱਕ ਰੱਬ ਬਾਰੇ ਕਹਿਣਾ, ਉਹ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ। ਪਤਾ ਕਿਉਂ? ਇਹਦਾ ਤੱਤ ਭਾਵ ਸਮਝੀਏ ਸ਼ਬਦ ਦਾ। ਇਹਦਾ ਭਾਵ ਹੈ ਵੀ ਇਹ ਬੰਦੇ ਧੱਕੇ ਨਾਲ ਤਲਵਾਰ ਦੇ ਜ਼ੋਰ ਨਾਲ ਆਪਣੀ ਤਾਕਤ ਦੇ ਗੁਮਾਨ ਵਿੱਚ ਇਹ ਅੱਜ ਮੈਨੂੰ ਖੁਦਾ ਕਹਿਣ ਲਈ ਰਾਜੀ ਕਰ ਰਹੇ ਵੀ ਤੂੰ ਖੁਦਾ ਕਹਿਣ ਦੀ ਇੱਛਾ ਨਹੀਂ, ਮੈਨੂੰ ਕਹਾ ਰਹੇ ਨੇ। ਹੁਣ ਸਵਾਲ ਇਹ ਵੀ ਇਹ ਮੇਰਾ ਖੁਦਾ ਜ਼ਬਾਨ ਤੋਂ ਕਹਿਣਾ ਮੇਰੀ ਬੰਦਗੀ ਹੈ ਕਿ ਮੇਰਾ ਗੁਲਾਮੀ ਕਬੂਲ ਕਰਨਾ, ਇਹਦੇ ਵਿਚਲਾ ਭੇਦ ਇਹ ਹੈ। ਇਹ ਖੁਦਾ ਕਹਿਣਾ ਇਹ ਇਬਾਦਤ ਨਹੀਂ, ਇਹ ਬੰਦਗੀ ਨਹੀਂ, ਇਹ ਨਾਮ ਜਪਣਾ ਨਹੀਂ। ਇਹ ਜਿਹੜਾ ਖੁਦਾ ਕਹਿਣਾ ਨਾ ਮਜਬੂਰੀ ਦੇ ਵਿੱਚ ਜਿਹੜਾ ਮੇਰੇ ਕੋਲੋਂ ਕਹਾਇਆ ਜਾਣਾ, ਇਹ ਤਾਂ ਮੇਰੇ ਗੱਲ ਗੁਲਾਮੀ ਦਾ ਤੌਂਕ ਪਾਉਣ ਦੀ ਗੱਲ ਹੈ। ਪਾਇਆ ਖੁਦਾ ਦੇ ਨਾਂ ਤੇ ਜਾ ਰਿਹਾ, ਪਾਇਆ ਰੱਬ ਦੇ ਨਾਂ ਤੇ ਜਾ ਰਿਹਾ, ਕੀ ਮੇਰੀ ਸੁਰਤ ਦੇ ਖਿੜਾ ਦੇ ਵਿੱਚੋਂ ਉਹ ਅੱਲਾ ਉਹ ਪਰਮੇਸ਼ਰ ਦਾ ਨਾਮ ਕਹਾਇਆ ਜਾ ਰਿਹਾ? ਉਹ ਤਾਂ ਕਹਾ ਕੋਈ ਨਹੀਂ ਸਕਦਾ, ਉਹ ਤਾਂ ਕਹਿਣਾ ਪੈਂਦਾ ਹੈ। ਉਹ ਤਾਂ ਇੱਕ ਵਿਗਾਸ ਹੈ, ਉਹ ਤਾਂ ਤੁਹਾਡੀ ਰੂਹ ਦਾ ਪ੍ਰੇਮ ਹੈ। ਤੇ ਜਦੋਂ ਤੁਹਾਡਾ ਅੰਤਰ ਆਤਮਾ ਤੁਹਾਡੀ ਰੂਹ ਇਹ ਤਲਵਾਰ ਦੀ ਧਾਰ ਹੇਠ ਲੰਘਾ ਕੇ ਉਹਨੂੰ ਕਹਿੰਦੇ ਨਹੀਂ ਤੂੰ ਆਹ ਨਾ ਕਹਿ, ਤੂੰ ਆਹ ਕਹਿ, ਭਾਵੇਂ ਕਹਾਇਆ ਮੈਥੋਂ ਰੱਬ ਹੀ ਜਾ ਰਿਹਾ, ਪਰ ਕਹਾਇਆ ਕਿਸ ਤਰ੍ਹਾਂ ਜਾ ਰਿਹਾ? ਜ਼ਬਰਦਸਤੀ, ਜ਼ੁਲਮ ਨਾਲ, ਧੱਕੇ ਨਾਲ। ਇਹ ਨਾਮ ਨਹੀਂ ਹੋਏਗਾ, ਇਹ ਰੱਬ ਦੇ ਨਾਮ ਦੇ ਉੱਤੇ ਆਪਣੀ ਈਨ ਮਨਵਾਉਣੀ, ਆਪਣੀ ਗੁਲਾਮੀ ਕਰਵਾਉਣ ਵਰਗਾ ਕਰਮ ਹੈ। ਇਹਦੇ ਨਾਲ ਮੇਰੀ ਆਤਮਕ ਆਜ਼ਾਦੀ ਕੁਚਲੀ ਜਾਂਦੀ ਹੈ, ਇਹਦੇ ਨਾਲ ਮੇਰੀ ਸੁਰਤ ਦਾ ਵਿਗਾਸ ਹੋਇਆ ਜਾਂਦਾ ਹੈ, ਇਹਦੇ ਨਾਲ ਮੇਰੇ ਅੰਦਰ ਉਹ ਜਜ਼ਬਾਤ ਉਹ ਫੀਲਿੰਗ ਪੈਦਾ ਨਹੀਂ ਹੋ ਸਕਦੀ। ਮੈਂ ਆਪਣੀਆਂ ਸਾਰੀਆਂ ਫੀਲਿੰਗਸ ਨੂੰ ਦਬਾ ਕੇ, ਆਪਣੀ ਭਾਵਨਾਵਾਂ ਨੂੰ ਦਬਾ ਕੇ, ਫਿਰ ਮੈਂ ਜੇ ਖੁਦਾ ਵੀ ਕਹਿ ਦਿਆਂ ਤੇ ਤਾਂ ਮੇਰਾ ਦੰਭ ਹੈ। ਹੁਣ ਇਹ ਜਿਹੜੀ ਚੀਜ਼, ਕਿੱਡੇ ਕਿੱਡੇ ਡੂੰਘੇ ਅਰਥ ਨੇ ਇਸ ਚੀਜ਼ ਦੇ, ਕਿੰਨੇ ਡੂੰਘੇ ਭਾਵ ਨੇ ਇਸ ਗੱਲ ਦੇ। ਉਹ ਜਿਹੜਾ ਖੁਦਾ ਕਹਿਣਾ ਉਹ ਮੈਨੂੰ ਕੁਝ ਨਹੀਂ ਦੇ ਸਕੇਗਾ, ਉਹਦਾ ਮੇਰੇ ਅੰਤਰ ਆਤਮੇ ਤੇ ਕੋਈ ਅਸਰ ਨਹੀਂ। ਪਤਾ ਹੈ ਗੁਰੂ ਨਾਨਕ ਮਹਾਰਾਜ ਰੱਬ ਨੂੰ ਕਿਵੇਂ ਯਾਦ ਕਰਦੇ ਨੇ? ਉਹ ਖੇਤਾਂ, ਖਲਿਆਨਾਂ, ਬਾਹਰ ਦੇ ਇਲਾਕੇ ਦੇ ਵਿੱਚ ਖਿੜੀ ਹੋਈ ਬਨਸਪਤੀ ਨੂੰ ਵੇਖਦੇ ਨੇ, ਆਲੇ ਦੁਆਲੇ ਨੂੰ ਤੱਕਦੇ ਨੇ, ਉਹ ਕੁਦਰਤ ਦੇ ਜਲਵੇ ਜਹੂਰ ਨੂੰ ਵੇਖ ਕੇ ਮੇਰੇ ਸਾਹਿਬ ਅਕਾਲ ਪੁਰਖ ਦੇ ਗੁਣਾਂ ਵਿੱਚ ਮਗਨ ਹੋ ਜਾਂਦੇ ਨੇ, ਆਖਦੇ ਨੇ ਹੇ ਮੇਰੇ ਮਾਲਕ ਵੇਖ ਤੇਰਾ ਹੁਸਨ ਤੇ ਤੇਰੀ ਕੁਦਰਤ ਵਿੱਚੋਂ ਨਜ਼ਰ ਆਉਂਦਾ, ਤੂੰ ਕਿੱਥੇ ਨਹੀਂ, ਹਰ ਜਗ੍ਹਾ ਦੇ ਉੱਤੇ ਹੈ। ਖਿੜੇ ਹੋਏ ਨਿੱਕੇ ਨਿੱਕੇ ਫੁੱਲ ਬਾਹਰ ਦੇ ਇਲਾਕੇ ਵਿੱਚ ਗੁਰੂ ਨਾਨਕ ਦੇ ਮਨ ਨੂੰ ਖਿੱਚ ਪਾਉਂਦੇ ਨੇ, ਉਹ ਪਸ਼ੂਆਂ ਤੇ ਪੰਛੀਆਂ ਦੀਆਂ ਕੂਕਾਂ ਤੇ ਆਵਾਜ਼ਾਂ ਦੇ ਵਿੱਚੋਂ ਉਸ ਮਾਲਕ ਦੀ ਸੱਤਾ ਨੂੰ ਪਛਾਣਦੇ ਨੇ, ਉਹਦੀ ਹੋਂਦ ਦਾ ਜਲਵਾ ਜ਼ਰੂਰ ਵੇਖਦੇ ਨੇ। ਉਹ ਆਖਦੇ ਨੇ ਵੇਖੋ ਪਸ਼ੂ ਦਾ
ਸਰੀਰ, ਪੰਛੀ ਦਾ ਸਰੀਰ, ਭਾਂਡੇ ਕਿੰਨੇ ਵੱਖਰੇ ਵੱਖਰੇ ਨੇ। ਮਨੁੱਖਾਂ ਦੇ ਸਰੀਰਕ ਭਾਂਡਿਆਂ ਦੀ ਤਰ੍ਹਾਂ ਨੇ। ਇਹਨਾਂ ਵਿੱਚ ਜੋਤ ਇੱਕੋ ਹੀ ਕੰਮ ਕਰ ਰਹੀ ਹੈ। ਇੱਕ ਪੰਛੀ ਜਿਸ ਦਾ ਮਨੁੱਖ ਦੇ ਨਾਲ ਕੁਝ ਨਹੀਂ ਰਲਦਾ, ਉਹਦੀ ਆਵਾਜ਼ ਵੀ ਬੰਦੇ ਦੇ ਮਨ ਨੂੰ ਕਿੰਨੀ ਖਿੱਚ ਪਾ ਸਕਦੀ ਹੈ। ਹਰ ਚੀਜ਼ ਘਾਹ ਦੇ ਤਿਣਕਿਆਂ ਤੱਕ ਨੂੰ ਗੁਰੂ ਨਾਨਕ ਮਹਾਰਾਜ ਉਸ ਵਾਹਿਗੁਰੂ ਦੀ ਸੱਤਾ, ਉਹਦੇ ਪ੍ਰੇਮ ਚੋਂ, ਉਹਦੇ ਹੁਕਮ ਚੋਂ, ਉਹਦੀ ਜੋਤ ਚੋਂ ਉਤਪੰਨ ਹੋਇਆ ਮਹਿਸੂਸ ਕਰਦੇ ਨੇ। ਜਦੋਂ ਇਹ ਸ਼ਬਦ ਕਹਿੰਦੇ ਨੇ ਨਾ ਬਲਿਹਾਰੀ ਕੁਦਰਤ ਵਸਿਆ, ਤਾਂ ਇਹਦਾ ਬੜਾ ਗਹਿਰਾ ਭਾਵ ਹੁੰਦਾ। ਗੁਰੂ ਸਾਹਿਬ ਕਿਤੇ ਬੜੇ ਆਤਮਕ ਵਿਗਾਸ ਵਿੱਚੋਂ ਇਹ ਸ਼ਬਦ ਵਰਤਦੇ ਨੇ। ਸਦਕੇ, ਬਲਿਹਾਰੀ ਦਾ ਅਰਥ ਹੈ ਸਦਕੇ, ਕੁਰਬਾਨ। ਤੂੰ ਤੇ ਕੁਦਰਤ ਹੈ, ਤੇ ਕੁਦਰਤ ਕੱਲੀ ਫੁੱਲਾਂ ਤੇ ਨਹੀਂ ਮੁੱਕ ਜਾਂਦੀ, ਬਨਸਪਤੀ ਤੇ ਨਹੀਂ ਮੁੱਕ ਜਾਂਦੀ। ਜਦੋਂ ਮੈਂ ਕੁਦਰਤ ਵਿੱਚ ਪ੍ਰਵਾਨ ਕਰਦਾ ਤੇ ਕੁਦਰਤ ਵਿੱਚ ਤੇ ਮੈਂ ਨਹੀਂ ਖੁਦ ਹਾਂ, ਫਿਰ ਤੂੰ ਮੇਰੇ ਵਜੂਦ ਵਿੱਚ ਵੀ ਹੈ, ਮੈਂ ਤਾਂ ਤੈਨੂੰ ਆਪਣੇ ਆਪ ਵਿੱਚ ਮਹਿਸੂਸ ਕਰਦਾ। ਮੇਰੇ ਆਲੇ ਦੁਆਲੇ ਵਿੱਚ ਜਿੰਨੇ ਜੀਵ ਲੋਕ ਵਸ ਰਹੇ ਨੇ ਸਭਨਾਂ ਵਿੱਚ ਮਹਿਸੂਸ ਕਰਦਾ। ਜਦੋਂ ਬੰਦਾ ਬੰਦੇ ਤੇ ਜ਼ੁਲਮ ਕਰਦਾ ਤੇ ਮੈਂ ਮਹਿਸੂਸ ਕਰਦਾ ਕਿ ਇਸ ਬੰਦੇ ਨੂੰ ਰੱਬ ਦੀ ਹਸਤੀ ਦੀ ਪਛਾਣ ਨਹੀਂ। ਇਹ ਆਪਣੇ ਸਰੀਰ ਨੂੰ ਉੱਤਮ ਮੰਨ ਕੇ, ਆਪਣੀ ਲੋੜ ਨੂੰ ਉੱਤਮ ਮੰਨ ਕੇ ਦੂਜੇ ਸਰੀਰ ਨੂੰ ਤੋੜਨ, ਭੰਨਣ, ਖਰਾਬ ਅਤੇ ਨਾਸ਼ ਕਰਨ ਤੇ ਲੱਗਿਆ ਹੋਇਆ, ਕਿਉਂਕਿ ਇਹ ਉਹਦੇ ਨਾਲ ਨਫ਼ਰਤ ਕਰਦਾ, ਇਹ ਉਹਦੇ ਨਾਲ ਭੇਦਭਾਵ ਕਰਦਾ, ਇਹ ਆਪਣੇ ਆਪ ਨੂੰ ਸਭ ਕੁਝ ਸਮਝੀ ਬੈਠਾ ਹੈ। ਇਸ ਨੂੰ ਇਸ ਗਿਆਨ, ਇਸ ਚੀਜ਼ ਦਾ ਗਿਆਨ ਨਹੀਂ ਕਿ ਇਹ ਸਰੀਰ ਦੇ ਭਾਂਡੇ ਕੁਦਰਤ ਅਣਗਿਣਤੀ ਘੜਦੀ ਹੈ ਤੇ ਨਾਸ਼ ਕਰਦੀ ਹੈ। ਤੂੰ ਜਿੱਥੇ ਆਪਣੇ ਸਰੀਰ ਦੀਆਂ ਲੋੜਾਂ, ਆਪਣੀਆਂ ਗਰਜ਼ਾਂ ਨੂੰ ਵੇਖ ਰਿਹਾ, ਤੂੰ ਉਸ ਬੰਦੇ ਦੀ ਗਰਜ਼ ਤੇ ਲੋੜ ਦੀ ਰਿਸਪੈਕਟ, ਸਤਿਕਾਰ ਨਹੀਂ ਕਰ ਰਿਹਾ, ਤਾਂ ਤੈਨੂੰ ਗਿਲਾਨੀ ਆਉਂਦੀ ਹੈ ਦੂਜੇ ਨੂੰ ਵੇਖ ਕੇ, ਤਾਂ ਤੇਰੇ ਅੰਦਰ ਨਫ਼ਰਤ ਜਾਗਦੀ ਹੈ ਦੂਜੇ ਨੂੰ ਵੇਖ ਕੇ, ਤਾਂ ਤੂੰ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦਾ, ਉਹਨੂੰ ਖਤਮ ਕਰਨ ਤੇ ਤੁਲ ਜਾਂਦਾ। ਜਿਉਂ ਜਿਉਂ ਤੇਰੇ ਕੋਲ ਤਾਕਤ ਆਉਂਦੀ ਹੈ, ਤੇਰੇ ਅੰਦਰ ਦੀ ਬੁਰਾਈ ਹੋਰ ਵੱਡੀ ਹੁੰਦੀ ਜਾਂਦੀ ਹੈ ਤੇ ਪਸਰਦੀ ਜਾਂਦੀ ਹੈ। ਬਾਬਰ ਨੂੰ ਜਾਬਰ ਕਹਿਣਾ ਇੱਕ ਵਕਤੀ ਖੇਡ ਨਹੀਂ ਹੈ, ਗੁਰੂ ਨਾਨਕ ਦੀ ਆਤਮਾ ਦੀ ਬਾਜ਼ ਹੈ। ਗੁਰੂ ਨੂੰ ਕਿਸੇ ਨੇ ਇਕੱਠਿਆਂ ਕਰਕੇ ਆਗੂ ਨਹੀਂ ਚੁਣਿਆ ਵੀ ਮਹਾਰਾਜ ਤੁਸੀਂ ਸਾਡੇ ਆਗੂ ਹੋ, ਚਲੋ ਬਾਬਰ ਨੂੰ ਜਾ ਕੇ ਅਕਲ ਦਿਓ, ਉਹਨੂੰ ਸਮਝਾਓ। ਗੁਰੂ ਨਾਨਕ ਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਵੀ ਉਹ ਚੋਰਾਂ ਠੱਗਾਂ ਦੇ ਕੋਲ ਜਾਣ ਤੇ ਉਹਨਾਂ ਨੂੰ ਜਾ ਕੇ ਆਖਣ ਵੀ ਭਾਈ ਆਓ ਪਰਮੇਸ਼ਰ ਦੇ ਰਾਹ ਤੇ ਤੁਰੀਏ। ਇਹ ਗੁਰੂ ਨਾਨਕ ਦੀ ਮੌਜ ਹੈ। ਉਹਨੂੰ ਲੱਗਿਆ ਸੱਜਣ ਵੀ ਤੇ ਰੱਬ ਦਾ ਬੰਦਾ, ਉਹਨਾਂ ਨੂੰ ਲੱਗਿਆ ਭੂਮੀਆਂ ਚੋਰ ਵੀ ਤੇ ਰੱਬ ਦਾ ਬੰਦਾ। ਉਹਨਾਂ ਦਾ ਧਰਮ ਤੇ ਇੰਨਾ ਉੱਚਾ ਹੈ, ਉਹਨਾਂ ਦਾ ਧਰਮ ਇੰਨਾ ਸੁੱਚਾ ਹੈ ਵੀ ਉਹ ਸੱਜਣ ਵਰਗੇ ਮਾੜੇ ਕਰਮ ਕਰਨ ਵਾਲੇ ਕੋਲ ਬੈਠਿਆਂ ਪਲੀਤ ਨਹੀਂ ਹੁੰਦਾ। ਉਹਨਾਂ ਦੇ ਧਰਮ ਨੂੰ ਮੈਲ ਹੀ ਨਹੀਂ ਲੱਗ ਸਕਦੀ, ਉਹਨਾਂ ਦਾ ਸੱਚ ਤੇ ਸਦਾ ਨਿਰਮਲ ਹੈ। ਗੁਰੂ ਨਾਨਕ ਦਾ ਧਰਮ, ਗੁਰੂ ਨਾਨਕ ਦਾ ਸੱਚ ਇੰਨਾ ਨਿਰਮਲ ਹੈ, ਇੰਨਾ ਉਜਲ ਹੈ, ਇੰਨਾ ਪਵਿੱਤਰ ਹੈ, ਉਹ ਕਹਿੰਦੇ ਚਾਹ ਕੇ ਵੀ ਇਹਨੂੰ ਕੋਈ ਮੈਲਾ ਨਹੀਂ ਕਰ ਸਕਦਾ। ਭਾਵੇਂ ਲੱਖਾਂ ਚੋਰਾਂ ਕੋਲ ਮੈਂ ਜਾ ਕੇ ਬਹਿ ਜਾਵਾਂ, ਮੇਰਾ ਧਰਮ ਭਿੱਟਿਆ ਨਹੀਂ ਜਾ ਸਕਦਾ। ਇਹ ਤਾਂ ਸੁੱਚੀ ਚੀਜ਼ ਹੈ। ਕਿਸੇ ਗੁਨਾਹ ਦੀ, ਕਿਸੇ ਪਾਪ ਦੀ, ਜਾਂ ਕਿਸੇ ਪਾਪ ਕਰਨ ਵਾਲੇ ਮਨੁੱਖ ਦੀ ਇੰਨੀ ਪਾਇਆ ਨਹੀਂ ਕਿ ਇਹਨੂੰ ਭਿੱਟ ਦੇਵੇ, ਇਹਨੂੰ ਅਪਵਿੱਤਰ ਕਰ ਦੇਵੇ, ਇਹ ਨਹੀਂ ਹੁੰਦਾ। ਇਹ ਤਾਂ ਮਜ਼ਹਬ ਦੀਆਂ ਰਸਮਾਂ ਨੇ ਜਿਹੜੀਆਂ ਪਵਿੱਤਰ ਹੋ ਜਾਂਦੀਆਂ ਨੇ। ਧਰਮ ਥੋੜ੍ਹੀ ਅਪਵਿੱਤਰ ਹੁੰਦਾ, ਧਰਮ ਤੇ ਸੰਪੂਰਨ ਸੱਚ ਹੈ। ਜੇ ਉਹ ਤੁਹਾਡੇ ਜੀਵਨ ਚ ਹੈ ਤੇ ਤੁਹਾਨੂੰ ਕੋਈ ਅਪਵਿੱਤਰ ਨਹੀਂ ਕਰ ਸਕਦਾ, ਤੇ ਜੇ ਉਹ ਨਹੀਂ ਹੈ ਤੇ ਤੁਸੀਂ ਖੁਦ ਅਪਵਿੱਤਰਤਾ। ਦਰਅਸਲ ਕੀ ਹੁੰਦਾ ਹੈ, ਆਪਣੇ ਅੰਦਰ ਦੀ ਅਪਵਿੱਤਰਤਾ ਤੇ ਪਰਦੇ ਪਾਉਣ ਵਾਸਤੇ ਅਸੀਂ ਬਹੁਤੀ ਵਾਰ ਪਵਿੱਤਰਤਾ ਪਵਿੱਤਰਤਾ ਦੇ ਸ਼ੋਰ ਪਾਉਂਦੇ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਵੀ ਇਸ ਤੋਂ ਪਹਿਲਾਂ ਵੀ ਕੋਈ ਸਾਡੇ ਅੰਦਰ ਨੂੰ ਪਛਾਣੇ, ਪਹਿਲਾਂ ਹੀ ਕਹਿ ਦਿਓ ਵੀ ਅਸੀਂ ਬੜੇ ਪਵਿੱਤਰ ਲੋਕ ਹਾਂ ਤੇ ਸਾਨੂੰ ਫਲਾਨੀ ਫਲਾਨੀ ਚੀਜ਼ ਤੋਂ ਖਤਰਾ ਹੈ। ਖੈਰ, ਗੁਰੂ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਹੁਣ ਵੇਖੋ ਤੁਹਾਨੂੰ ਗੁਰੂ ਨਾਨਕ ਸਾਹਿਬ, ਉਹਨਾਂ ਦਾ ਰੱਬ ਕਹਿਣਾ, ਉਹਨਾਂ ਦਾ ਪਰਮੇਸ਼ਰ ਨੂੰ ਯਾਦ ਕਰਨਾ, ਉਹਨਾਂ ਦੇ ਅੰਦਰ ਦੇ ਵਿਗਾਸ ਤੇ ਵਿਸਮਾਦ ਚੋਂ ਉਪਜਦਾ ਹੈ।
ਇਹ ਅਨੁਭਵ ਹੀ ਸੱਚਮੁੱਚ ਨਾਮ ਜਪਣ ਵਾਲੇ ਪਾਸੇ ਜੀਵਨ ਨੂੰ ਖਿੱਚਦਾ ਹੈ। ਇਹ ਚੀਜ਼ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਨੂੰ ਸਾਡੇ ਅੰਦਰ ਜਗਾਉਂਦੀ ਹੈ ਤੇ ਸਾਨੂੰ ਉਸ ਰੱਬ ਨਾਲ ਇੱਕ ਸੁਰ ਕਰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਫਰਮਾਇਆ, ਕਹਿਣ ਲੱਗੇ ਮਨ ਜਦੋਂ ਬੱਝਾ ਹੋਵੇ ਕਿਸੇ ਦਾਇਰੇ ਵਿੱਚ, ਬੱਧਾ ਚੱਟੀ ਜੋ ਭਰੇ। ਚੱਟੀ ਭਰਨੀ ਕੀ ਹੈ? ਬੱਧਾ ਰੁੱਧੀ ਕੰਮ ਕਰਨਾ, ਜਿਹਨੂੰ ਆਪਾਂ ਕਹਿੰਦੇ ਮਜਬੂਰੀ ਚ ਕੰਪੈਲ ਹੋ ਕੇ, ਪ੍ਰੈਸ਼ਰਾਈਜ਼ ਹੋ ਕੇ। ਹੁਣ ਇਹਨਾਂ ਸਲੋਕਾਂ ਨੂੰ ਜਦੋਂ ਅਸੀਂ ਉੱਪਰਲੇ ਸਲੋਕਾਂ ਨਾਲ ਥੋੜਾ ਜਿਹਾ ਰਲਾ ਕੇ ਪੜ੍ਹਦੇ ਹਾਂ, ਕਿਉਂਕਿ ਆਪਾਂ ਕੱਲ ਇਹ ਸਲੋਕ ਵਿਚਾਰੇ ਨੇ, ਉਹ ਸਲੋਕ ਸਨ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਚੱਲਣ ਸਾਰ ਨਾ ਜਾਣਦੀ ਕਾਜ ਸਵਾਰਨ ਹਾਰ। ਫਿਰ ਅਗਲਾ ਸਲੋਕ ਸੀ ਰਾਤ ਕਾਰਨ ਤਨ ਸੰਚੀ ਹੈ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਤੀਸਰਾ ਸਲੋਕ ਇਹ ਹੈ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਵੀ ਮਨੁੱਖ ਦਾ ਮਨ ਉਹਦੇ ਤਨ ਦਾ ਸਾਥ ਨਹੀਂ ਦੇ ਰਿਹਾ ਧਰਮ ਦੀ ਦੁਨੀਆ ਵਿੱਚ। ਹੁਣ ਪਹਿਲੇ ਸਲੋਕਾਂ ਦੇ ਮੁਤਾਬਕ ਭਾਵ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਰਦਿਆਂ ਲਿਖਿਆ ਵੀ ਮੰਨ ਲਓ ਬੰਦਾ ਬਹੁਤ ਦੌਲਤ ਖੱਟਦਾ ਹੈ, ਜਦੋਂ ਉਹਦੀ ਸੁਰਤ ਇਸ ਚੀਜ਼ ਤੇ ਲੱਗੀ ਹੈ ਨਾ ਵੀ ਮੇਰੀ ਜ਼ਿੰਦਗੀ ਦਾ ਇੱਕੋ ਹੀ ਏਮ ਹੈ ਸਭ ਤੋਂ ਅਮੀਰ ਤੇ ਧਨੀ ਹੋਣਾ, ਵੱਧ ਤੋਂ ਵੱਧ ਖੱਟਣਾ ਕਮਾਉਣਾ, ਜਦੋਂ ਉਹਦਾ ਇਹ ਏਮ ਹੈ ਉਹ ਜੀਵਨ ਦੇ ਹੋਰ ਪਹਿਲੂ ਛੱਡਦਾ ਹੈ। ਪਰਿਵਾਰ ਕੀ ਹੁੰਦਾ ਹੈ, ਵਕਤ ਨੂੰ ਕਿਵੇਂ ਇੰਜੋਏ ਕੀਤਾ ਜਾਏ, ਕਿਵੇਂ ਸੋਹਣੇ ਢੰਗ ਨਾਲ ਬਤੀਤ ਕੀਤਾ ਜਾਏ, ਜੀਵਨ ਦੇ ਜਿਹੜੇ ਹੋਰ ਪਹਿਲੂ ਨੇ ਉਹ ਸਾਰੇ ਛੱਡ ਦਿੰਦਾ। ਉਹਨੂੰ ਪਰਿਵਾਰ ਦੇ ਸਮੇਂ ਦੀ ਅਹਿਮੀਅਤ ਦਾ ਨਹੀਂ ਪਤਾ ਵੀ ਬੱਚਿਆਂ ਨਾਲ ਬੈਠਣਾ, ਪਰਿਵਾਰ ਵਿੱਚ ਬੈਠਣਾ, ਰਿਸ਼ਤਿਆਂ ਵਿੱਚ ਵਰਤਣਾ, ਹੋਰ ਜਿਹੜੇ ਸਮਾਜਿਕ ਕੰਮ ਮੇਰੇ ਇੱਕ ਸਮਾਜ ਪ੍ਰਤੀ ਜਵਾਬਦੇਹੀ ਆਪਣੀ ਕੌਮ ਪ੍ਰਤੀ, ਜੋ ਸਭ ਕੁਝ ਛੱਡ ਦਿੰਦਾ। ਉਹਦਾ ਇੱਕੋ ਹੀ ਏਮ ਹੈ ਧਨਵਾਨ ਹੋਣਾ, ਦੌਲਤਮੰਦ ਹੋਣਾ। ਤੇ ਫਿਰ ਕਈ ਵਾਰ ਕੀ ਹੁੰਦਾ ਕਿ ਬੱਚੇ ਕਹਿੰਦੇ ਨੇ ਬਾਪੂ ਦਾ ਤੇ ਇੱਕ ਏਮ ਹੈ ਵੀ ਧਨਵਾਨ ਹੋਣਾ ਤੇ ਸਾਡਾ ਏਮ ਹੈ ਵੀ ਧਨ ਖਰਚਣਾ। ਉਹਨੇ ਆਪਣਾ ਏਮ ਸੈੱਟ ਕੀਤਾ ਹੋਇਆ ਵੀ ਵੱਧ ਤੋਂ ਵੱਧ ਦੌਲਤ ਆਏ, ਤੇ ਹੁਣ ਆਉਣੀ ਕਿਹਦੇ ਲਈ ਹੈ? ਉਹ ਤਾਂ ਲੱਗਾ ਹੋਇਆ ਤੇ ਇਹਨੂੰ ਵਰਤਣਾ ਵੀ ਤੇ ਕਿਸੇ ਨੇ ਹੈ ਹੀ ਨਾ। ਫਿਰ ਚਲੋ ਅਸੀਂ ਏਮ ਬਣਾ ਲੈਂਦੇ ਹਾਂ ਵੀ ਆਪਾਂ ਵਰਤਾਂਗੇ, ਫਿਰ ਉਹ ਰੱਜ ਰੱਜ ਕੇ ਉੱਥੇ ਵੀ ਵਰਤਦੇ ਨੇ ਜਿੱਥੇ ਲੋੜ ਨਹੀਂ ਹੁੰਦੀ, ਕਿਉਂਕਿ ਜਿਹੜੀ ਚੀਜ਼ ਆ ਰਹੀ ਹੈ ਇੱਕ ਨੈਚੁਰਲ ਪ੍ਰੋਸੈਸ ਆ ਵੀ ਉਹਨੇ ਜਾਣਾ ਵੀ ਹੈ। ਬੰਦਾ ਇਹ ਮਤ ਸੋਚੇ ਵੀ ਜਿਹੜੀ ਚੀਜ਼ ਆ ਰਹੀ ਉਹਨੇ ਉਹਦਾ ਰੂਟ ਆਪਣੇ ਆਪ ਹੀ ਕੁਦਰਤ ਨੇ ਬਣਾ ਦੇਣਾ ਵੀ ਇਹ ਜਾਵੇ ਕਿਵੇਂ ਹੋਣਾ। ਕੋਈ ਚੀਜ਼ ਵੇਖੋ ਕੁਦਰਤ ਦਾ ਇਹ ਨਿਯਮ ਸਮਝੀਏ, ਕੋਈ ਚੀਜ਼ ਰੋਕ ਕੇ ਨਹੀਂ ਰਹਿੰਦੀ ਕੁਦਰਤ ਚ। ਜੇ ਸਾਡੀ ਬੋਡੀ ਇੱਕ ਜਗ੍ਹਾ ਨਹੀਂ ਖਲੋਂਦੀ, ਵਕਤ ਨਹੀਂ ਰੁਕਦਾ, ਉਮਰ ਨਹੀਂ ਰੁਕਦੀ, ਕੁਦਰਤ ਦੀ ਹਰ ਚੀਜ਼ ਬਦਲਦੀ, ਰੁੱਤ ਮੌਸਮ ਹਰ ਬਦਲਦਾ, ਪਦਾਰਥ ਦਾ ਰੂਪ ਬਦਲਦਾ, ਆਈ ਚੀਜ਼ ਕਿਵੇਂ ਖਲੋ ਜਾਏ? ਹਰ ਚੀਜ਼ ਹੰਡ ਰਹੀ, ਉਹਨੇ ਚੱਲਦੇ ਰਹਿਣਾ। ਕੁਦਰਤ ਦਾ ਇਹ ਪ੍ਰੋਸੈਸ ਹੈ, ਇਹ ਬਦਲ ਨਹੀਂ ਸਕਦਾ। ਹੁਣ ਏਮ ਕੀ ਹੈ? ਪਹਿਲੇ ਸਲੋਕਾਂ ਦੇ ਮੁਤਾਬਕ ਗੁਰੂ ਅੰਗਦ ਸਾਹਿਬ ਕਹਿੰਦੇ ਵੀ ਆ ਬੰਦੇ ਨੇ ਨਿਸ਼ਚਿਤ ਕਰ ਲਿਆ, ਉਹਨੇ ਇਹੋ ਹੀ ਟਾਰਗੇਟ ਮਿਥ ਲਿਆ ਵੀ ਬਸ ਪਦਾਰਥ ਹੋਵੇ, ਪਦਾਰਥ ਹੋਵੇ, ਬਹੁਤ ਆਦ ਪਦਾਰਥ ਹੋਵੇ। ਉਹਨੂੰ ਪੁੱਛਿਆ ਵੀ ਖੁਸ਼ ਕਿਵੇਂ ਹੋਏਗਾ, ਕਹਿੰਦਾ ਪਦਾਰਥ ਕਰਕੇ। ਉਹਨੂੰ ਪੁੱਛਿਆ ਤੈਨੂੰ ਚੰਗੀ ਨੀਂਦ ਕਿਵੇਂ ਆ ਸਕਦੀ, ਕਹਿੰਦਾ ਪਦਾਰਥ ਲਿਆਓ। ਉਹਨੂੰ ਪੁੱਛਿਆ ਵੀ ਇੱਕ ਚੰਗਾ ਬੰਦਾ ਦੁਨੀਆ ਚ ਕੌਣ ਹੋ ਸਕਦਾ, ਕਹਿੰਦਾ ਪਦਾਰਥ। ਉਹਦਾ ਹਰ ਇੱਕ ਚੀਜ਼ ਜਾ ਕੇ ਪਦਾਰਥ ਤੇ ਇਕੱਠੀ ਹੋ ਜਾਂਦੀ ਹੈ। ਉਹਨੂੰ ਗੁਰੂ ਸਾਹਮਣੇ ਖਿਲਾਰ ਦਿਓ, ਕਹਿੰਦਾ ਮਹਾਰਾਜ ਸਭ ਕੁਛ ਛੱਡੋ, ਪਦਾਰਥ ਦਿਓ। ਉਹਨੂੰ ਕਹੋ ਵੀ ਜੇ ਤੈਨੂੰ ਰੱਬ ਵੀ ਮਿਲੇ ਤੂੰ ਕੀ ਮੰਗੇ, ਉਹ ਕਹਿੰਦਾ ਪਦਾਰਥ ਮੰਗਾਂਗੇ। ਉਹਦੀ ਸੁਰਤ ਵਿੱਚ ਇੱਕੋ ਹੀ ਸੀ, ਉਹਦਾ ਏਮ ਸੈੱਟ ਹੋ ਗਿਆ। ਹੁਣ ਉਹਨਾਂ ਸਲੋਕਾਂ ਦੇ ਮੁਜਬ ਮੁਤਾਬਕ ਭਾਵ ਦੇ ਮੁਤਾਬਕ ਮਹਾਰਾਜ ਕਹਿੰਦੇ ਉਹਨੇ ਇੱਕੋ ਚੀਜ਼ ਨੂੰ ਹੀ ਜੀਵਨ ਸਮਝ ਲਿਆ, ਇੱਕੋ ਚੀਜ਼ ਨੂੰ। ਜਿਵੇਂ ਮੈਂ ਅੱਗੇ ਇੱਕ ਦਿਨ ਉਦਾਹਰਣ ਦਿੱਤੀ ਸੀ, ਜਿਹੜਾ ਬੰਦਾ ਡਰੱਗ ਲੈਂਦਾ, ਡਰੱਗੀ ਹੋ ਗਿਆ, ਅਮਲੀ ਹੋ ਗਿਆ, ਹੁਣ ਉਹਨੂੰ ਸਾਰਾ ਪਰਿਵਾਰ ਕਈ ਵਾਰ ਸਮਝਾਉਂਦਾ, ਕੋਈ ਪਰਿਵਾਰ ਦੀ ਇੱਜ਼ਤ ਦਾ ਖਿਆਲ ਕਰ, ਉਹ ਸੁਣਦਾ, ਪਰ ਤੁਹਾਡੀ ਗੱਲ ਤੇ ਅਮਲ ਥੋੜੀ ਕਰਦਾ, ਕਰਦਾ ਉਹਦੇ ਤੇ ਜਿਹੜੀ ਸੁਰਤ ਚ ਹੈ। ਸੁਰਤ ਚ ਕੀ ਹੈ? ਐਵੇਂ ਸਿਰ ਖਪਾਈ ਕਰਨ ਲੱਗੇ ਹੋਏ ਨੇ,
ਥੋੜਾ ਜਿਹਾ ਮੈਨੂੰ ਡਰੱਗ ਲਿਆ ਦਿੰਦੇ ਤੇ ਮੈਂ ਆਰਾਮ ਨਾਲ ਸੌਂ ਜਾਣਾ ਸੀ। ਮੈਂ ਇਹਨਾਂ ਨੂੰ ਕੀ ਕਿਹਾ ਕਿ ਸਾਰਾ ਗਿਆਨ ਸਾਰੀ ਦੁਨੀਆਂ ਦੀਆਂ ਗੱਲਾਂ ਲਿਆ ਕੇ ਮੈਨੂੰ ਸਿਖਾਉਂਦੇ ਨੇ। ਅੱਛਾ, ਜਿਸ ਵੇਲੇ ਦਾ ਵਕਤ ਹੋ ਜਾਂਦਾ ਹੈ ਨਾ, ਉਹਨੂੰ ਤੁਸੀਂ ਬਾਹੋਂ ਫੜ ਕੇ ਧਰਮ ਸਥਾਨ ਤੇ ਵੀ ਲੈ ਆਓ, ਜਦੋਂ ਉਹਦਾ ਵਕਤ ਹੋ ਗਿਆ ਉਹਨੇ ਜਾਣਾ ਉੱਥੇ ਹੀ ਜਿੱਥੇ ਉਹਦੀ ਸੁਰਤ ਸੈੱਟ ਹੈ, ਜਿਹੜੀ ਚੀਜ਼ ਉਹਦੇ ਸੁਰ ਜੇ ਹੀ ਸੁਰਤ ਤੇ ਹੈ ਰਾਹ ਜਾਏ। ਉਹਨੇ ਆਪਣਾ ਜੀਵਨ ਦਾ ਇੱਕ ਏਮ ਸੈੱਟ ਕਰ ਲਿਆ ਵੀ ਇਹੀ ਜੀਵਨ ਹੈ, ਉਹਨੂੰ ਖੁਸ਼ੀ ਵੀ ਉੱਥੇ ਜਾ ਕੇ ਹੁੰਦੀ ਹੈ, ਸੁੱਖ ਵੀ ਉੱਥੇ। ਘਰ ਵਿੱਚ ਧੀ ਦਾ ਵਿਆਹ ਹੋਵੇ, ਪੁੱਤਰ ਦਾ ਵਿਆਹ ਹੋਵੇ, ਉਹਨੂੰ ਕੋਈ ਚਾਹ ਨਹੀਂ, ਉਹਨੂੰ ਚਾਹ ਕਿੱਥੇ ਹੈ? ਉੱਥੇ ਜਾ ਕੇ ਉਹਦੀ ਸੁਰਤ ਉੱਥੇ ਜਾ ਕੇ ਤਸੱਲੀ ਮਹਿਸੂਸ ਕਰਦੀ ਹੈ। ਹੁਣ ਉਹਨੇ ਆਪਣੇ ਜੀਵਨ ਦੀਆਂ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਦੇ ਉੱਤੇ ਕੇਂਦਰਿਤ ਕਰ ਲਈਆਂ ਨੇ, ਬਾਕੀ ਜੀਵਨ ਦੇ ਪਹਿਲੂ ਭੁੱਲ ਗਿਆ, ਵਿਸਾਰ ਦਿੱਤੇ। ਉਹਨੂੰ ਜੀਵਨ ਦੇ ਅਰਥਾਂ ਦਾ ਗਿਆਨ ਨਹੀਂ, ਉਸ ਨੂੰ ਜੀਵਨ ਦੀ ਜੋ ਬਖਸ਼ਿਸ਼ਾਂ ਕੁਦਰਤ ਨੇ ਉਹਨੂੰ ਹੋਰ ਇੰਨੀਆਂ ਦਿੱਤੀਆਂ ਨੇ ਨਾ, ਉਹ ਸਾਰੀਆਂ ਨੂੰ ਭੁਲਾ ਕੇ ਵਿਸਾਰ ਕੇ ਬਸ ਇੱਕ ਚੀਜ਼ ਵਿੱਚ ਡੂੰਘਾ ਉਤਰ ਗਿਆ। ਔਰ ਉਹਦੇ ਚ ਵੀ ਇੰਨਾ ਉਹ ਐਬ ਉਹਦੇ ਸਾਰੇ ਜੀਵਨ ਤੇ ਛਾ ਗਿਆ, ਚਾਦਰ ਬਣ ਕੇ ਉਹਨੇ ਸਭ ਕੁਝ ਨੂੰ ਢੱਕ ਲਿਆ। ਉਹ ਪਛਾਣ ਹੀ ਨਹੀਂ ਪਾ ਰਿਹਾ ਵੀ ਮੈਂ ਕੀ ਹਾਂ, ਮੈਂ ਮੇਰਾ ਜੀਵਨ ਕਾਹਦੇ ਲਈ, ਜਾਂ ਹੋਰ ਕੁਦਰਤ ਨੇ ਇੰਨਾ ਕੁਝ ਦਿੱਤਾ ਉਹਨਾਂ ਨੂੰ ਮਾਣ ਕੇ ਵੇਖਾਂ। ਕਈ ਐਸੇ ਮਨੁੱਖ ਨੇ ਜਿਨ੍ਹਾਂ ਬਾਰੇ ਪੜ੍ਹਨਾ ਜਾਂ ਸੁਣਨਾ ਅੱਜ ਕੱਲ੍ਹ ਆਸਾਨ ਹੈ ਤੇ ਪੜ੍ਹੀਦਾ ਸੁਣੀਦਾ, ਉਹ ਕਹਿੰਦੇ ਨੇ ਵੀ ਮੈਂ ਇੱਕ ਸੱਜਣ ਦੀ ਇੰਟਰਵਿਊ ਸੁਣ ਰਿਹਾ ਸੀ ਇੱਕ ਦਿਨ, ਉਹ ਕਹਿੰਦਾ ਵੀ ਮੇਰੇ ਘਰ ਵਿੱਚ ਨਸ਼ਾ ਕਰਦਾ ਸੀ, ਉਹ ਕਹਿੰਦਾ ਮੇਰੇ ਘਰ ਵਿੱਚ ਮੇਰਾ ਬਾਪ ਮਰ ਗਿਆ, ਮੈਨੂੰ ਕੋਈ ਸੁੱਧ ਨਹੀਂ ਸੀ ਉਸ ਦਿਨ, ਮੈਂ ਆਪਣੇ ਕੰਮ 'ਚ ਲੱਗਾ ਹੋਇਆ ਸੀ, ਲੋਕ ਆ ਰਹੇ ਸਨ ਤੇ ਬਹੁਤੇ ਤਾਂ ਮੈਨੂੰ ਬੁਲਾ ਵੀ ਨਹੀਂ ਸਨ, ਵੀ ਇਹਦੇ ਨਾਲ ਅਫਸੋਸ ਕਾਹਦਾ ਕਰਨਾ, ਇਹਨੂੰ ਇਹਨੂੰ ਤਾਂ ਖੁਦ ਨੂੰ ਅਫਸੋਸ ਨਹੀਂ। ਪਰ ਉਹ ਕਹਿੰਦਾ ਵੀ ਅੱਜ ਜਦੋਂ ਮੈਂ ਹੌਲੀ ਹੌਲੀ ਇਸ ਦਲਦਲ 'ਚੋਂ ਨਿਕਲਿਆ, ਮੈਨੂੰ ਅਹਿਸਾਸ ਹੋਇਆ ਵੀ ਹੱਦ ਹੋ ਗਈ, ਮੈਂ ਆਪਣਾ ਜੀਵਨ ਕਿਵੇਂ ਜੀ ਰਿਹਾ, ਅੱਜ ਮੈਨੂੰ ਸਭ ਤੋਂ ਵੱਧ ਅਫਸੋਸ ਹੋ ਰਿਹਾ, ਅੱਜ ਮੈਨੂੰ ਸਭ ਤੋਂ ਵੱਧ ਦੁੱਖ ਹੋ ਰਿਹਾ ਵੀ ਮੈਂ ਉਹ ਘੜੀਆਂ ਕਿਵੇਂ ਅਜਾਈ ਗਵਾਈਆਂ, ਕਿਵੇਂ ਆਪਣੇ ਜੀਵਨ ਦਾ ਇੰਨਾ ਸੋਹਣਾ ਵਕਤ ਮੈਂ ਆਪਣੇ ਬਾਪ ਦੇ ਪਿਆਰ ਨੂੰ ਮਾਣ ਨਾ ਸਕਿਆ, ਮੈਂ ਆਪਣੇ ਪਰਿਵਾਰ ਨੂੰ ਦੁਖੀ ਕੀਤਾ, ਖੋਰੇ ਮੇਰੇ ਕਾਰਨ ਹੀ ਉਹਨੂੰ ਇੰਨੀ ਤਕਲੀਫ ਝੱਲਣੀ, ਕਿੰਨਾ ਕੁਝ ਅੱਜ ਸੋਚਾਂ ਦੇ ਵਿੱਚ ਆ ਗਿਆ, ਕਿਉਂਕਿ ਅੱਜ ਧਿਆਨ ਜੀਵਨ ਦੇ ਹੋਰ ਪਹਿਲੂ ਵੱਲ ਚਲਾ ਗਿਆ। ਅੱਜ ਧਿਆਨ ਚਾਰ ਸ਼ਪੇਰੇ ਜੋ ਜੋ ਕੁਦਰਤ ਨੇ ਦਿੱਤਾ ਉਸ ਵੱਲ ਖਿੰਡਣਾ ਸ਼ੁਰੂ ਹੋਇਆ ਵੀ ਆਹ ਵੀ ਮੈਨੂੰ ਰੱਬ ਨੇ ਦਿੱਤਾ ਸੀ, ਮੈਂ ਤਾਂ ਇਹ ਵੀ ਨਾ ਮਾਣ ਸਕਿਆ, ਆਹ ਵੀ ਦਿੱਤਾ ਸੀ ਮੈਂ ਇਹਦੀ ਕੀਮਤ ਨਾ ਸਮਝ ਸਕਿਆ, ਆਹ ਵੀ ਦਿੱਤਾ ਸੀ ਮੈਂ ਇਹਦੀ ਕਦਰ ਨਾ ਜਾਣ ਸਕਿਆ। ਹੁਣ ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਉਹ ਬੰਦਾ ਇੱਕ ਜਗ੍ਹਾ ਤੇ ਕੇਂਦਰਿਤ ਹੋ ਗਿਆ, ਅਗਲੇ ਪਾਸੇ ਵਾਲੇ ਹੋਰ ਚੀਜ਼ਾਂ ਉਹਨੇ ਵਿਸਾਰ ਦਿੱਤੀਆਂ, ਤੇ ਫਿਰ ਕੀ ਹੁੰਦਾ? ਫਿਰ ਉਹ ਜੇ ਬਾਕੀ ਪੱਖ ਜਿਹੜੇ ਨੇ, ਜਿਹੜੀਆਂ ਬਾਕੀ ਚੀਜ਼ਾਂ ਨੇ, ਜੇ ਉਹ ਐਸਾ ਬੰਦਾ ਆਪਣੇ ਬਾਪ ਨੂੰ ਬੁਲਾਉਂਦਾ ਜਾਂ ਉਹਦੇ ਕੋਲ ਬਹਿੰਦਾ ਤੇ ਬੱਧਾ ਰੁੱਤੀ ਪੈਂਦਾ, ਹੋਰ ਜਿਹੜੇ ਕੰਮ ਜੇ ਉਹਨੂੰ ਕਰਨੇ ਵੀ ਪੈਣ ਤਾਂ ਉਹ ਕਿਉਂ ਕਰਦਾ? ਪ੍ਰੈਸ਼ਰਾਈਜ਼ ਹੋ ਕੇ, ਮਜਬੂਰੀ ਚ ਕਰਦਾ ਹੈ, ਤੇ ਫਿਰ ਸਾਰੇ ਉਹਨੂੰ ਕਹਿਣੋਂ ਹਟ ਜਾਂਦੇ ਨੇ ਵੀ ਇਹਦੇ ਤੋਂ ਕੰਮ ਕਰਾਉਣ ਦਾ ਫਾਇਦਾ ਕੀ, ਜਦੋਂ ਇਹਦਾ ਮਨ ਹੀ ਰਾਜ਼ੀ ਨਹੀਂ ਤੇ ਕੰਮ ਵੀ ਅੱਧਾ ਕਰਦਾ ਅੱਧਾ ਛੱਡਦਾ, ਨੁਕਸਾਨ ਕਰਦਾ, ਇਹ ਖੁਦ ਵੀ ਦੁੱਖ ਚ ਪੈਂਦਾ, ਨਾ ਆਪਣਾ ਆਪ ਇਹਦਾ ਰਾਜ਼ੀ ਹੈ ਤੇ ਨਾ ਕੰਮ ਹੀ ਸਵਾਰਦਾ, ਦੋਵੇਂ ਪਾਸੇ ਨੁਕਸਾਨ ਹੋ ਰਿਹਾ। ਸੇਤੀ ਖੁਸ਼ੀ ਸਵਾਰੀ ਹੈ, ਇਹਦਾ ਭਾਵ ਹੈ ਖੁਸ਼ੀ ਨਾਲ ਜਿਹੜਾ ਕਾਰਜ ਅਸੀਂ ਕਰੀਏ, ਕੋਈ ਜ਼ਿੰਮੇਵਾਰੀ ਸਾਨੂੰ ਮਿਲੀ ਹੈ, ਜੇ ਉਸ ਅਸੀਂ ਉਹਨੂੰ ਚਾਹ ਨਾਲ ਕਰੀਏ ਤੇ ਉਹੀ ਕੰਮ ਸਾਨੂੰ ਸਵਾਦ ਦੇਣਾ ਸ਼ੁਰੂ ਕਰਦਾ, ਤੇ ਜੇ ਰੋਂਦੇ ਕਲਾਉਂਦੇ ਹੀ ਕਰੀ ਜਾਈ ਵੀ ਹਾਏ ਕਰਨਾ ਪੈ ਰਿਹਾ, ਫਲਾਨਾ ਕੋਈ ਕਰ, ਬੰਦਾ ਨਾ ਕਈ ਵਾਰ ਤੁਸੀਂ ਵੇਖਣਾ, ਮੰਨ ਲਓ ਮੈਨੂੰ ਮੇਰਾ ਜਿਹੜਾ ਕੰਮ ਹੈ ਮੈਂ ਉਹ ਕਰਾਂ, ਬੰਦਾ ਬਹੁਤੀ ਵਾਰ ਧਿਆਨ ਕੀ ਕਰਦਾ, ਫਲਾਨਾ ਕਿਉਂ ਨਹੀਂ ਕਰ ਰਿਹਾ, ਤੇ ਮਕਾਨ ਘਰ ਆਪ ਵੀ ਨਹੀਂ ਰਿਹਾ, ਪਰ ਉਹ ਬਲੇਮ ਉਹਨਾਂ ਨੂੰ ਕਰਦਾ ਵੀ ਇਹ ਕੰਮ ਜੇ ਉਹ ਕਰ ਲਵੇ, ਬੰਦਾ ਹਰ ਵੇਲੇ ਇਹੀ ਲੱਭਦਾ ਰਹਿੰਦਾ ਵੀ ਮੇਰਾ ਇਹ ਕੰਮ ਕੋਈ ਨਾ ਕਰ ਜਾਏ ਆ ਕੇ। ਜਿੰਨਾ ਬੰਦਾ ਉਸ ਵੇਲੇ ਤਰਸਦਾ ਹੈ, ਜਿੰਨੀ ਉਹਦੀ ਗਰੀਬੜੀ ਹਾਲਤ ਹੁੰਦੀ ਹੈ ਮਨ ਕਰਕੇ ਵੀ ਕਿਵੇਂ ਉਹ ਆਵਾਜ਼ਾਂ ਮਾਰ ਰਿਹਾ ਹੁੰਦਾ ਵੀ ਹਾਏ ਕੋਈ ਕਰਦਾ ਹੈ, ਤੇ ਆਪ ਉਹ ਸਮਾਂ ਗਵਾ ਲੈਂਦਾ, ਕਰਨਾ ਫਿਰ ਵੀ ਖੁਦ ਨੂੰ ਪੈਂਦਾ ਵੀ ਇਹਦੇ ਨਾਲ ਚੰਗਾ ਸੀ ਖੁਸ਼ੀ ਨਾਲ ਬੰਦਾ ਕਰਕੇ ਵਿਹਲਾ ਹੋ ਜਾਂਦਾ, ਨਾ ਮਨ ਤੇ ਕੋਈ ਦਬਾਅ ਰਹਿੰਦਾ,
ਨਾ ਸੁਰਤ ਦੇ ਉੱਤੇ ਕੋਈ ਪ੍ਰੈਸ਼ਰ ਰਹਿੰਦਾ ਤੇ ਨਾ ਹੀ ਨਿਕੰਮਾਪਨ ਜੀਵਨ ਚ ਆਉਂਦਾ। ਪਰ ਮਨੁੱਖ ਦਾ ਇੱਕ ਸੁਭਾਅ ਬਣ ਗਿਆ ਵੀ ਉਹ ਸਭ ਤੋਂ ਪਹਿਲਾਂ ਇਹ ਪੁੱਛਦਾ ਵੀ ਫਲਾਨੇ ਨੇ ਕੀ ਕਰਨਾ, ਮੈਂ ਤੇ ਇਹ ਕੰਮ ਕਰਨਾ ਜਿਹੜਾ, ਪਰ ਫਲਾਨਾ ਕੀ ਕਰੇਗਾ। ਇਹ ਚੀਜ਼ ਆਪਣੇ ਆਪ ਨੂੰ ਵੀ ਦੁੱਖ ਦਿੰਦੀ ਹੈ ਤੇ ਮਾਹੌਲ ਨੂੰ ਵੀ ਵਿਗਾੜਦੀ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਐਸੇ ਇਤਿਹਾਸ ਵਿੱਚ ਐਸੇ ਸਿੱਖਾਂ ਦਾ ਜ਼ਿਕਰ ਆਉਂਦਾ, ਗੁਰੂ ਮਹਾਰਾਜ ਨੇ ਆਖਿਆ ਭਾਈ ਝੰਡਾ ਜੀ ਨੂੰ, ਛੇਵੇਂ ਪਾਤਸ਼ਾਹ ਨੂੰ, ਜਾਓ ਫਲਾਨੇ ਸਿੱਖ ਨੂੰ ਕਹੋ ਜੰਗਲ ਚੋਂ ਜਾ ਕੇ ਲੱਕੜਾਂ ਲੈ। ਤੇ ਭਾਈ ਜੀ ਉੱਥੇ ਗਏ ਤੇ ਉਹ ਸਿੱਖ ਕਿਸੇ ਕੰਮੇ ਲੱਗਾ ਸੀ, ਭਾਈ ਜੀ ਨੇ ਆਪ ਕੁਹਾੜਾ ਚੁੱਕਿਆ, ਜੰਗਲ ਨੂੰ ਚੱਲ ਪਏ। ਬੜੇ ਚਿਰ ਬਾਅਦ ਉਹ ਆਏ ਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਸੁਨੇਹਾ ਦੇਣ ਗਏ ਸੀ ਇੰਨਾ ਸਮਾਂ? ਕਹਿਣ ਲੱਗੇ ਮਹਾਰਾਜ ਦਰਅਸਲ ਤੁਹਾਡਾ ਹੁਕਮ ਸੁਣਿਆ ਤੇ ਜਿਹਨੂੰ ਹੁਕਮ ਜਾ ਕੇ ਤੁਹਾਡਾ ਸੁਣਾਉਣਾ ਸੀ ਉਹ ਤਾਂ ਆਪ ਪਹਿਲੋਂ ਰੁੱਝਾ ਸੀ ਤੇ ਮੈਂ ਸੋਚਿਆ ਮੈਂ ਕੀ ਕਰਨਾ, ਚਲੋ ਹੁਕਮ ਹੈ ਗੁਰੂ ਦਾ, ਸੇਵਾ ਮੈਂ ਕਰਦਾ। ਸਤਿਗੁਰੂ ਬੜੇ ਪ੍ਰਸੰਨ ਹੋਏ ਵੀ ਇਹ ਕਹਿ ਕੇ ਵੀ ਤੇ ਆ ਸਕਦਾ ਸੀ ਨਾ, ਤੇ ਉਹ ਇਹਦੇ ਕੋਲ ਵਕਤ, ਇਹਦੇ ਕੋਲ ਸਮਾਂ ਹੈ ਤੇ ਇਹਨੇ ਆਪਣਾ ਸਮਾਂ ਸਫਲਾ ਕਰ ਲਿਆ। ਹੁਣ ਇਵੇਂ ਉਹ ਸਾਰੀ ਹੁੰਦੀ ਹੈ ਕਿਸੇ ਵੀ ਸਿਸਟਮ ਦੀ, ਇਵੇਂ ਬਣਦਾ ਕੋਈ ਵੀ ਸਿਸਟਮ। ਗੁਰੂ ਸਾਹਿਬਾਂ ਦੇ ਆਪਣੇ ਜੀਵਨ ਦੀਆਂ ਇਹ ਗੱਲਾਂ ਨੇ ਵੀ ਮਹਾਰਾਜ ਪਾਤਸ਼ਾਹ ਆਪ ਸੇਵਾ ਚ ਲੱਗ ਜਾਂਦੇ, ਆਪ ਕੋਈ ਕਾਰਜ ਕਰ ਰਹੇ ਹੁੰਦੇ। ਤੇ ਭਾਈ ਲਹਿਣਾ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਸਤਿਗੁਰੂ ਨੇ ਅੱਧੀ ਰਾਤ ਕੋਈ ਕਾਰਜ ਕਰਨ ਲਈ ਹੁਕਮ ਕੀਤਾ ਤੇ ਅੱਧੀ ਰਾਤ ਹੀ ਜੁੱਟ ਗਏ। ਇੱਕ ਵਾਰ ਤੇ ਮਹਾਰਾਜ ਨੇ ਪਰਖ ਕਰਨ ਦੀ ਖਾਤਰ ਵੀ ਕਿੰਨਾ ਤਤਪਰ ਹੈ ਮਨੁੱਖ ਅੰਦਰੋਂ। ਠੰਡ ਦਾ ਵਕਤ ਸੀ ਰਾਤ, ਪੋਹ ਦਾ ਮਹੀਨਾ, ਇੰਨੀ ਠੰਡ ਪਏ, ਮੀਂਹ ਦੇ ਨਾਲ ਕੱਚੀ ਕੰਧ ਦੀਵਾਰ ਡਿੱਗ ਪਈ ਧਰਮਸ਼ਾਲਾ। ਸਤਿਗੁਰੂ ਨੇ ਆਖਿਆ ਭਾਈ ਲਹਿਣਾ ਜੀ, ਇਹ ਦੀਵਾਰ ਦੀ ਉਸਾਰੀ ਕਰਨੀ ਹੈ ਤੇ ਤੁਸੀਂ ਲੱਗ ਜਾਓ ਤਾਂ ਕਿ ਛੇਤੀ ਬਣ ਜਾ। ਠੰਡ ਦੇ ਵਿੱਚ ਹੀ ਲੱਗੇ ਨੇ। ਸਤਿਗੁਰੂ ਮਹਾਰਾਜ ਫਿਰ ਉਹਨਾਂ ਨੂੰ ਪੁੱਛਦੇ ਨੇ, ਕਈਆਂ ਨੇ ਆਖਿਆ ਹੋਏਗਾ ਸਾਡੇ ਵਰਗਿਆਂ ਨੇ, ਭਾਈ ਜੀ ਚਲੋ ਮਹਾਰਾਜ ਨੇ ਹੁਕਮ ਕੀਤਾ, ਤੁਸੀਂ ਕਹਿ ਦੇਣਾ ਸੀ ਮਹਾਰਾਜ ਸਵੇਰ ਹੋਏਗੀ, ਧੁੱਪ ਚੜ੍ਹੇਗੀ ਤੇ ਬਣਾ ਲਵਾਂਗੇ। ਉਹ ਕਹਿਣ ਲੱਗੇ ਨਹੀਂ, ਬਹਾਨੇ ਦਾ ਕੀ ਅਰਥ ਹੈ? ਗੁਰੂ ਨੇ ਕਿਹਾ ਸੋਚ ਕੇ ਹੀ ਕਿਹਾ ਹੋਏਗਾ, ਮਹਾਰਾਜ ਨੂੰ ਵੀ ਤੇ ਪਤਾ ਨਾ ਵੀ ਬਾਹਰ ਠੰਡ ਹੈ, ਰਾਤ ਹੈ। ਇਹ ਦੱਸਣ ਦੀ ਲੋੜ ਥੋੜਾ ਸੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਬਾਹਰ ਠੰਡ ਹੈ, ਵੀ ਗੁਰੂ ਨੂੰ ਪਤਾ ਨਹੀਂ, ਮਹਾਰਾਜ ਬਾਹਰ ਹਨੇਰਾ ਹੈ, ਮਹਾਰਾਜ ਨੂੰ ਪਤਾ ਨਹੀਂ, ਉਹਨਾਂ ਨੂੰ ਵੀ ਦਿਸ ਰਿਹਾ ਵੀ ਹਨੇਰਾ ਵੀ ਹੈ ਤੇ ਠੰਡ ਵੀ ਹੈ, ਫਿਰ ਵੀ ਉਹਨਾਂ ਨੇ ਕਿਹਾ। ਤੇ ਜੇ ਫਿਰ ਵੀ ਉਹਨਾਂ ਨੇ ਕਿਹਾ ਤੇ ਇਹਦਾ ਮਤਲਬ ਹੈ ਵੀ ਇਹ ਦੱਸਣ ਦੀ ਤਾਂ ਲੋੜ ਹੀ ਨਹੀਂ ਸੀ, ਫਿਰ ਤਾਂ ਮੰਨਣ ਦੀ ਲੋੜ ਸੀ ਵੀ ਉਹਨਾਂ ਨੇ ਕਿਹਾ ਤੇ ਮੰਨਣਾ। ਤੇ ਗੁਰੂ ਨਾਨਕ ਮਹਾਰਾਜ ਨੂੰ ਸਿਖਾਉਣ ਦੀ ਲੋੜ ਥੋੜਾ, ਸਿੱਖ ਗੁਰੂ ਨੂੰ ਥੋੜੀ ਸਿਖਾਉਂਦਾ ਵੀ ਮਹਾਰਾਜ ਵੇਖੋ ਆਹ ਨਹੀਂ ਹੈ ਆਹ ਹੈ। ਗੁਰੂ ਨੇ ਤਾਂ ਕਿਹਾ ਹੈ ਤੇ ਸਿੱਖ ਦਾ ਫਰਜ਼ ਹੈ, ਕਰਮ ਹੈ ਮੰਨਣਾ, ਕਰਤੱਵ ਹੈ ਉਹਨੂੰ ਪ੍ਰਵਾਨ ਕਰਨਾ। ਗੁਰੂ ਨਾਨਕ ਸਾਹਿਬ ਤਾਂ ਪਰਖ ਰਹੇ ਸਨ ਸਮਰਪਣ ਭਾਵ, ਅੰਦਰ ਦੀ ਤਬੀਅਤ ਵਿੱਚ ਕਿੰਨੀ ਖੁਸ਼ੀ ਹੈ, ਕਿੰਨਾ ਉਤਸ਼ਾਹ ਹੈ ਤੇ ਕਿੰਨੀ ਮਜਬੂਰੀ ਹੈ। ਗੁਰੂ ਨੇ ਬਹੁਤ ਕੁਝ ਪਰਖਣਾ ਹੁੰਦਾ, ਸਾਖੀ ਤਾਂ ਕੇਵਲ ਸਟਰਕਚਰ ਸਾਨੂੰ ਦੱਸਦੀ ਹੈ ਬਾਹਰ ਦਾ, ਪਰ ਗੁਰੂ ਨਾਨਕ ਮਹਾਰਾਜ ਤਾਂ ਅੰਤਰ ਆਤਮੇ ਨੂੰ ਜਾਣਨਾ ਚਾਹੁੰਦੇ ਸਨ ਵੀ ਭਾਈ ਲਹਿਣਾ ਜੀ ਅੰਦਰੋਂ ਕਿੱਥੇ ਨੇ। ਸੋ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅਗਲੇ ਸਲੋਕ ਵਿੱਚ, ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ। ਬੰਦਾ ਬਹੁਤ ਘਾਲਣਾ ਵੀ ਘਾਲੇ, ਯਤਨ ਕਰੇ, ਬੜੀ ਮਿਹਨਤ ਕਰੇ ਫਿਜੀਕਲੀ, ਮਨ ਹੱਠ ਕਰੇ। ਮਨ ਹੱਠ ਦਾ ਅਰਥ ਸਮਝੇ, ਬੜੀ ਵਾਰ ਬਾਣੀ ਚ ਸ਼ਬਦ ਆਉਂਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਇ। ਮਨ ਵਿੱਚ ਅਗਿਆਨਤਾ ਹੈ, ਗਲਤ ਖਿਆਲ ਹੈ, ਗਲਤ ਖਿਆਲ ਦੇ ਉੱਤੇ ਮਨ ਜਿੱਦ ਕਰਕੇ ਬਹਿ ਗਿਆ ਵੀ ਨਹੀਂ ਇਵੇਂ ਕਰਨਾ। ਬੱਚਾ ਅੱਗ ਚ ਹੱਥ ਪਾਉਣਾ ਚਾਹੁੰਦਾ ਸੀ, ਮਾਂ ਨੇ ਉਹਨੂੰ ਖਿੱਚਿਆ ਪਛਾਣ, ਬੱਚਾ ਰੋਣ ਲੱਗ ਗਿਆ, ਸਾਰਾ ਪਰਿਵਾਰ ਇਕੱਠਾ ਹੋਇਆ ਵੀ ਇੱਕਦਮ ਬੱਚੇ ਨੇ ਚੀਕਾਂ ਮਾਰੀ, ਕੀ ਹੋਇਆ ਕੀ ਹੋਇਆ? ਮਾਂ ਨੇ ਦੱਸਿਆ ਵੀ ਤਾਂ ਅੱਗ ਚ ਹੱਥ ਪਾਉਣ ਲੱਗਿਆ ਸੀ, ਮੈਨੂੰ ਖਿੱਚ ਲਿਆ। ਹੁਣ ਬੱਚਾ ਕੀ, ਬੱਚੇ ਦੀ ਜਿੱਦ, ਕਹਿੰਦਾ ਮੈਂ ਤਾਂ ਉਹਦੇ ਨਾਲ ਹੀ ਖੇਡਣਾ। ਹੁਣ ਮਾਂ ਨੂੰ ਪਤਾ, ਪਰਿਵਾਰ ਨੂੰ ਪਤਾ ਵੀ ਬੱਚਾ ਅਣਜਾਣ, ਇਹਨੂੰ ਪਤਾ ਹੀ ਨਹੀਂ
ਇਹ ਆਪਣੀ ਗਲਤ ਗੱਲ ਤੇ ਅੜਿਆ ਬੈਠਾ, ਜਿੱਦ ਉਹਨੂੰ ਆਪਾਂ ਕਹਿੰਦੇ ਹੱਠ ਕਰਦਾ, ਬਾਲ ਹੱਠ ਜਿੱਦ ਕਰਦਾ। ਹੁਣ ਕਿਉਂਕਿ ਅਜੇ ਉਹਦੀ ਸੁਰਤ ਇੰਨੀ ਉੱਚੀ ਨਹੀਂ, ਅਜੇ ਉਹਨੂੰ ਇੰਨੀ ਜਾਣਕਾਰੀ ਨਹੀਂ ਵੀ ਇਹ ਅੱਗ ਵਿੱਚ ਹੱਥ ਪਾਇਆ ਮੇਰਾ ਹੱਥ ਸੜ ਜਾਏਗਾ ਤੇ ਮੇਰਾ ਨੁਕਸਾਨ ਹੋਏਗਾ, ਉਸ ਵੇਲੇ ਉਹਨੂੰ ਲੱਗਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ, ਮੈਨੂੰ ਖੇਡਣ ਨਹੀਂ ਦਿੱਤਾ ਜਾ ਰਿਹਾ। ਉਹਨੂੰ ਆਪਣੀ ਮਾਂ ਤੇ ਗੁੱਸਾ ਆਉਂਦਾ, ਉਹਨੂੰ ਆਪਣੇ ਬਾਪ ਤੇ ਆਲੇ ਜਿਹੜਾ ਵੀ ਰੋਕਦਾ ਉਹਦੇ ਤੇ ਉਹ ਗੁੱਸਾ ਕਰਦਾ, ਜਿੱਦਦਾ, ਲਿੱਟਦਾ, ਕਈ ਕੁਝ ਕਰਦਾ। ਪਰ ਮਜਬੂਰ ਉਹ ਜਿਹੜੇ ਸਿਆਣੇ ਨੇ ਆਲੇ ਦੁਆਲੇ ਉਹ ਸਮਝਦੇ ਨੇ ਵੀ ਨਹੀਂ ਇਹਦੀ ਜਿੱਦ ਫਜ਼ੂਲ ਹੈ, ਜੇ ਇਹਨੂੰ ਇੰਨਾ ਪਤਾ ਹੁੰਦਾ ਨਾ ਤਾਂ ਇਸ ਤਰ੍ਹਾਂ ਇਹਨੇ ਕਰਨਾ ਨਹੀਂ ਸੀ। ਸਾਡੇ ਮਨ ਦੀ ਸਥਿਤੀ ਜਦੋਂ ਅਗਿਆਨਤਾ ਵਾਲੀ ਹੁੰਦੀ ਹੈ, ਮਨੋਭਾਵ ਨੂੰ ਸਮਝੀਏ ਸਲੋਕ ਦੇ ਨੂੰ, ਜਦੋਂ ਮਨ ਦੀ ਸਥਿਤੀ ਅਗਿਆਨਤਾ ਵਾਲੀ ਹੁੰਦੀ ਹੈ ਤੇ ਅਸੀਂ ਗਲਤ ਚੀਜ਼ ਤੇ ਹੱਠ ਕਰਦੇ ਹਾਂ, ਜਿੱਦ ਕਰਦੇ ਹਾਂ। ਜਦੋਂ ਗੁਰੂ ਕੋਲੋਂ ਗਿਆਨ ਲੈ ਕੇ ਸਾਡਾ ਮਨ ਅਗਿਆਨਤਾ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ ਤੇ ਗਿਆਨਵਾਨ ਹੋ ਜਾਂਦਾ ਹੈ, ਜਿਹਨੂੰ ਸੋਝੀ ਆਉਣਾ, ਸਵੈ ਜਾਗਰਤੀ ਆਉਣਾ, ਜਾਗ ਪੈਣਾ ਕਿਹਾ ਗੁਰੂ ਸਾਹਿਬ ਜੀ ਨੇ, ਉਸ ਵੇਲੇ ਅਸੀਂ ਇਹ ਮਨ ਦੀਆਂ ਭੈੜੀਆਂ ਜਿੱਦਾਂ ਤੋਂ ਮੁਕਤ ਹੋ ਜਾਂਦੇ ਹਾਂ। ਅਜੇ ਸਾਨੂੰ ਆਪਣੇ ਉਹ ਖਿਡੌਣੇ ਚਾਹੀਦੇ ਨੇ ਜਿਹਨਾਂ ਨਾਲ ਅਸੀਂ ਖੇਡਦੇ ਹਾਂ, ਉਹ ਨੁਕਸਾਨ ਦੇ ਚੀਜ਼ਾਂ। ਚੰਚਲ ਮਤ ਬਾਰਕ ਬਪੁਰੇ ਕੀ ਸਰਪ ਅਗਨ ਕਰ ਮਿਲੈ। ਤੋ ਸਾਹਿਬ ਸਤਿਗੁਰੂ ਕਹਿੰਦੇ ਨੇ ਹੇ ਭਾਈ, ਘਾਲਣਾ ਬਹੁਤ ਘਾਲੇ ਪਰ ਮਨ ਹਠੀ, ਮਨ ਦਾ ਜਿੱਦੀ, ਅਗਿਆਨਤਾ ਤੇ ਅੜਨ ਵਾਲਾ ਮਨ ਜਿਹੜਾ ਉਹ ਪਰਮੇਸ਼ਰ ਦੀ ਤਰਫ, ਪਰਮੇਸ਼ਰ ਦੇ ਨੇੜੇ ਨਹੀਂ ਹੋ ਸਕਦਾ, ਭਾਵੇਂ ਅਗਿਆਨਤਾ ਦੀਆਂ ਘਾਲਣਾਵਾਂ ਜਿੰਨੀਆਂ ਮਰਜ਼ੀ ਘਾਲਦਾ ਰਹੇ। ਗੁਰੂ ਸਾਹਿਬ ਨੇ ਤਨ ਖਪਾਉਣ ਵਾਲਿਆਂ ਨੂੰ ਤਾਂ ਹੀ ਕਿਹਾ ਸੀ ਨਾ ਵੀ ਭਾਈ ਤੁਸੀਂ ਕੇਸਾਂ ਦੇ ਵਿੱਚ ਸਵਾਹ ਪਾ ਕੇ ਨੰਗੇਜ਼ ਧਾਰਨ ਕਰਕੇ ਜੰਗਲਾਂ 'ਚ ਚਲੇ। ਆਪਾਂ ਆਸਾ ਦੀ ਵਾਰ ਦਾ ਸਾਰਾ ਸਲੋਕ ਪੜ੍ਹਦੇ ਹਾਂ ਨਾ, ਲਿਖ ਲਿਖ ਪੜਿਆ, ਤੇਤਾ ਕੜਿਆ ਬਹੁ ਤੀਰਥ ਪਵਿਆ, ਤੇਤੋ ਲਵਿਆ ਬਹੁ ਭੇਤ ਕੀਆ, ਦੇਹੀ ਦੁੱਖ ਦੀਆ ਸੌ ਵੇ ਜੀਆ, ਆਪਣਾ ਕੀਆ ਅੰਨ ਨਾ ਖਾਇਆ, ਸਾਧ ਗਵਾਇਆ ਬਹੁ ਦੁੱਖ ਪਾਇਆ, ਦੂਜਾ ਪਾਇਆ ਵਸਤਰ ਨਾ ਪਹਿਰੈ, ਐਨਸ ਕਹਿ ਮੋਹਨ ਵਿਭੂਤਾ ਕਿਉਂ ਜਾਗੇ ਕੁਰਬਿਨ ਸੂਤਾ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖਨ ਦੇ ਪਤ ਗੁਆਈ। ਫਿਰ ਨਿਚੋੜ ਕੀ ਹੈ ਵਿਣ ਨਾਵੈ ਕਿਸ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਫਿਰ ਨਿਚੋੜ ਬਿਆਨ ਕੀਤਾ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਸੰਦੇਸੇ ਤੇ ਨਿਹ ਕੇਵਲ ਹਉ ਮੈਂ ਸ਼ਬਦ ਜਲੈ। ਮਨ ਹੱਠੀਆਂ ਦਾ ਹੀ ਜ਼ਿਕਰ ਕੀਤਾ, ਇਹ ਤਾਂ ਕੇਵਲ ਕੁਝ ਕਰਮ ਗਿਣੇ ਨੇ। ਤੋ ਪਾਤਸ਼ਾਹ ਜੀ ਕਹਿੰਦੇ ਨੇ ਤਰਫ ਜਿਣੈ ਸਤ ਭਾਉ ਦੇ। ਪੁੱਛਿਆ ਮਹਾਰਾਜ ਜੀ, ਇਸ ਤਰ੍ਹਾਂ ਮਨ ਹੱਠ ਦੇ ਕਰਮ ਨਾਲ ਸੱਚ ਦੇ, ਰੱਬ ਦੇ, ਧਰਮ ਦੇ ਨੇੜੇ ਨਹੀਂ ਹੋਇਆ ਜਾ ਸਕਦਾ, ਫਿਰ ਕਿਵੇਂ ਹੋਇਆ ਜਾ ਸਕਦਾ? ਸਤ ਭਾਉ ਦੇ। ਸਤਿਗੁਰੂ ਕਹਿੰਦੇ ਚੰਗੀ ਭਾਵਨਾ ਨਾਲ, ਜੇ ਤੇਰੀ ਮਨੋਭਾਵਨਾ ਸ਼ੁੱਧ ਹੈ। ਮਨੋਭਾਵ ਕੀ ਹੁੰਦਾ? ਮਨੋਭਾਵਨਾ ਦੀ ਸ਼ੁੱਧਤਾ ਕੀ ਹੁੰਦੀ ਹੈ? ਇੱਕ ਉਦਾਹਰਣ ਦਿੰਦਾ, ਆਪਾਂ ਰਸਤੇ 'ਚ ਜਾ ਰਹੇ ਹਾਂ, ਇੱਕ ਬੰਦੇ ਨੇ ਲੁੱਟਣ ਦੀ ਖਾਤਰ ਚਾਕੂ ਨਾਲ ਸਾਡੇ ਜ਼ਖਮ ਕੀਤਾ, ਸਾਨੂੰ ਚਾਕੂ ਮਾਰਿਆ, ਇਹ ਕੀ ਹੈ? ਕ੍ਰਾਈਮ ਹੈ, ਇਹ ਜੁਰਮ ਹੈ, ਇਹ ਕਾਨੂੰਨ ਦੀ ਨਜ਼ਰ 'ਚ ਗਲਤ ਹੈ, ਇਹ ਅਪਰਾਧ ਹੈ। ਅਸੀਂ ਓਪਰੇਸ਼ਨ ਥੀਏਟਰ ਵਿੱਚ ਲੇਟੇ ਹੋਏ ਹਾਂ ਤੇ ਡਾਕਟਰ ਵੀ ਸੇਮ ਚਾਕੂ ਜਿਹਾ ਲੈ ਕੇ ਸਾਡੇ ਦੁਆਲੇ ਹੋ ਗਿਆ, ਉਹਨੇ ਸਾਡੀ ਬਾਡੀ ਨੂੰ ਜਿੱਥੋਂ ਟ੍ਰੀਟਮੈਂਟ ਕਰਨਾ ਸੀ ਉਹਨੇ ਚੀਰਿਆ, ਪਰ ਡਾਕਟਰ ਦੇ ਉੱਤੇ ਕਿਸੇ ਨੇ ਥਾਣੇ ਕਚਹਿਰੀ 'ਚ ਕੇਸ ਨਹੀਂ ਕੀਤਾ, ਪਰਚਾ ਨਹੀਂ ਦਿੱਤਾ। ਡਾਕਟਰ ਦੀ ਮਨਸ਼ਾ ਸਾਨੂੰ ਠੀਕ ਕਰਨ ਦੀ ਹੈ, ਜ਼ਖਮ ਉਹਨੇ ਡਾਕਟਰ ਨੇ ਵੀ ਦਿੱਤਾ, ਪਰ ਉਹਦੀ ਭਾਵਨਾ ਕੀ ਹੈ? ਟ੍ਰੀਟਮੈਂਟ ਕਰਨਾ, ਇਲਾਜ ਕਰਨਾ। ਪਰ ਜਿਹੜਾ ਅਸੀਂ ਰਾਜ ਜਾ ਰਹੇ ਸੀ ਤਾਂ ਇੱਕ ਬੰਦੇ ਨੇ ਸਾਨੂੰ ਚਾਕੂ ਦੇ ਨਾਲ ਸਾਡੇ ਤੇ ਹਮਲਾ ਕੀਤਾ, ਉਹਦੀ ਭਾਵਨਾ ਕੀ ਸੀ? ਸਾਡਾ ਟ੍ਰੀਟਮੈਂਟ ਕਰਨਾ ਨਹੀਂ, ਸਾਨੂੰ ਖਤਮ ਕਰਨਾ, ਸਾਨੂੰ ਲੁੱਟਣਾ। ਹੁਣ ਔਜ਼ਾਰ ਤੇ ਦੋਵਾਂ ਦੇ ਕੋਲ ਹੀ ਨੇ, ਹਥਿਆਰ ਸੇਮ ਸੇਮ ਵੀ ਹੋ ਸਕਦਾ ਦੋਵਾਂ ਕੋਲ, ਪਰ ਭਾਵਨਾ ਦੋਵਾਂ ਦੀ ਵੱਖਰੀ ਵੱਖਰੀ ਹੈ। ਇਸ ਕਰਕੇ ਇੱਕ ਦੀ ਭਾਵਨਾ ਕ੍ਰਾਈਮ ਤੇ ਦੂਜੇ ਦੀ ਭਾਵਨਾ ਭਲਾ, ਦੋਵਾਂ 'ਚ ਫਰਕ ਹੈ।
ਤੋ ਭਾਵਨਾ ਦੇ ਮੁਯਸਰ ਹੀ ਕੰਮ ਹੋਣਾ, ਜੋ ਵੀ ਹੋਣਾ, ਜੋ ਜੀ ਹੋਏ ਸੋ ਗਵੈ ਮੂੰਹ ਕਾ ਕਹਿਆ ਵਾ। ਤੋ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਤਰਫ ਜਿਹੜਾ ਸਤ ਭਾਓ ਦੇ, ਜਿਨ੍ਹਾਂ ਦੇ ਅੰਦਰ ਚੰਗਾ ਭਾਓ ਚੰਗੀ ਭਾਵਨਾ ਹੁੰਦੀ ਹੈ, ਉਹ ਚੰਗੀ ਭਾਵਨਾ ਨਾਲ ਚੰਗਾ ਕਿਰਦਾਰ ਬਣਦਾ, ਵਿਹਾਰ ਬਣਦਾ, ਆਚਾਰ ਬਣਦਾ, ਤੇ ਉਹਦੇ ਨਾਲ ਹੀ ਮਨੁੱਖ ਸਚਿਆਰਾ ਬਣਦਾ, ਸੱਚ ਦੇ ਰੱਬ ਦੇ ਪਰਮੇਸ਼ਰ ਦੇ ਗੁਰੂ ਦੇ ਨੇੜੇ ਹੁੰਦਾ। ਪਰ ਇਹ ਸੱਚੀ ਭਾਵਨਾ ਜੇ ਬਣਾਉਣੀ ਪਵੇ, ਸੱਚੀ ਭਾਵਨਾ ਜੇ ਡਿਵੈਲਪ ਕਰਨੀ ਹੋਵੇ, ਇਹਨੂੰ ਮੈਂਟੇਨ ਰੱਖਣਾ ਹੋਵੇ ਤੇ ਕਿਵੇਂ ਕੀਤਾ ਜਾ ਸਕਦਾ? ਜਨ ਨਾਨਕ ਸ਼ਬਦ ਵਿਚਾਰੇ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਭਾਈ ਗੁਰੂ ਦੇ ਉਪਦੇਸ਼ ਨਾਲ ਜੁੜੇ ਰਹੀਏ, ਸ਼ਬਦ ਦੀ ਕਮਾਈ ਕਰੀਏ, ਗੁਰੂ ਦੇ ਉਪਦੇਸ਼ ਦੇ ਪ੍ਰਭਾਵ ਅਧੀਨ ਜੀਵਨ ਬਤੀਤ ਕਰੀਏ, ਗੁਰੂ ਦੇ ਪ੍ਰੇਮ ਤੇ ਪ੍ਰਭਾਵ ਵਿੱਚ ਜੀ ਕੇ ਹੀ ਅਸੀਂ ਆਪਣੀਆਂ ਚੰਗੀਆਂ ਭਾਵਨਾਵਾਂ ਨੂੰ ਕਾਇਮ ਕਰ ਸਕਦੇ ਹਾਂ, ਚੰਗੀਆਂ ਭਾਵਨਾਵਾਂ ਵਿਕਸਿਤ ਕਰ ਸਕਦੇ ਹਾਂ, ਚੰਗੀਆਂ ਭਾਵਨਾਵਾਂ ਨੂੰ ਅੰਦਰ ਬਚਾ ਕੇ ਰੱਖਿਆ ਜਾ ਸਕਦਾ ਹੈ ਬੁਰਾਈ ਤੋਂ ਬਦੀ ਤੋਂ। ਇਸੇ ਲਈ ਇੱਕ ਬਚਨ ਬਾਣੀ ਚ ਕਿਹਾ ਹੈ ਵੀ ਚਾਰ ਸ਼ਫੇਰੇ ਅੱਗ ਜੰਗਲ ਵਿੱਚ ਲੱਗੀ ਹੈ, ਪਰ ਜਿੱਥੇ ਪਾਣੀ ਸੀ ਨਾ, ਪਾਣੀ ਦੇ ਵਿੱਚ ਖੜਾ ਹੋਇਆ ਨਿੱਕਾ ਜਿਹਾ ਪੌਦਾ ਬਚ ਗਿਆ, ਜਿਸ ਅੱਗ ਤੋਂ ਵੱਡੇ ਵੱਡੇ ਦਰਖਤ ਨਹੀਂ ਸਨ ਬਚ ਸਕੇ, ਕਿਉਂਕਿ ਉਹ ਪਾਣੀ 'ਚ ਖੜਾ ਸੀ। ਸਤ ਸੰਗਤ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਉਹ ਨਿਰਮਲ ਜਲ ਹੈ ਜਿਹੜਾ ਸੰਸਾਰ ਦੀ ਤ੍ਰਿਸ਼ਨਾ, ਕ੍ਰੋਧ, ਈਰਖਾ, ਦਵੈਸ਼, ਹਰ ਕਿਸਮ ਦੀ ਅਗਨੀ ਤੋਂ, ਤਪਸ਼ ਤੋਂ, ਦੁੱਖ ਤੋਂ ਸਾਨੂੰ ਬਚਾਉਂਦਾ ਹੈ ਤੇ ਸਾਡੇ ਅੰਦਰ ਦੀ ਚੰਗੀ ਭਾਵਨਾ ਨੂੰ ਸੁਰਜੀਤ ਤੇ ਕਾਇਮ ਰੱਖਦਾ। ਸਹਿਬ ਕਿਰਪਾ ਕਰਨ, ਗੁਰੂ ਮਹਾਰਾਜ ਦਾ ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਜੀਵਨ ਦਾ ਹਿੱਸਾ ਬਣੇ, ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।